8 ਸਾਲ ਹੋ ਗਏ ਨੇ ਤੁਹਾਨੂੰ ਇੱਕ ਫਾਈਟ ਕਰਦੇ ਆ ਐਗਰੀਮੈਂਟ ਵਾਲੀ ਇੱਕ ਸਟਰਗਲ ਕਰਦੇ ਆ ਕੰਮ ਨਹੀਂ ਮਿਲ ਰਿਹਾ ਇੰਡਸਟਰੀ ਬਾਹ ਨਹੀਂ ਫੜਾ ਰਹੀ ਉਤੋਂ ਉਤੋਂ ਕਹਿ ਦਿੰਦੇ ਨੇ ਠੀਕ ਹੈ ਭੈਣੇ ਓਕੇ ਡਨ ਹੈ ਨਾ ਇਹਨੂੰ ਟਰਸਟ ਇਹਨਾਂ ਸੀਗਾ ਵੀ ਜਦੋਂ ਇੱਕ ਫੈਮਿਲੀ ਚ ਤੁਸੀਂ ਢਾਈ ਤਿੰਨ ਸਾਲ ਰਹੇ ਹੋ ਤੇ ਮੈਨੂੰ ਕਿਹਾ ਜਾ ਰਿਹਾ ਵੀ ਫਟਾਫਟ ਆ ਸਾਈਨ ਕਰਦੇ ਆ ਆਪਾਂ ਗਾਣੇ ਦੇ ਰਾਈਟਸ ਦੇਣੇ ਆ ਮੈਂ ਕਿਹਾ ਠੀਕ ਆ ਬਾਜੀ ਮੈਂ ਫੋੜਾ ਫਟ ਸਾਈਨ ਕਰਤਾ ਮੇਰੇ ਬ੍ਰਦਰ ਦੀ ਡੈਥ ਹੋ ਗਈ ਰੀਅਲ ਬ੍ਰਦਰ ਦੀ ਜਿਹੜਾ ਮੇਤੋਂ 8 ਸਾਲ ਛੋਟਾ ਸੀ ਹਾਂ ਹਾਂ ਤੁਹਾਨੂੰ ਤੁਸੀਂ ਪੋਸਟਰ ਪਾਇਆ ਸਿੱਧੂ ਮੂਸੇਵਾਲੇ ਤੇ ਵੀ ਸਿੱਧੂ ਦਾ ਗਾਣਾ ਕੀਤਾ। ਰੀਸੈਂਟਲੀ ਮੈਂ ਪੋਸਟਰ ਪਾਇਆ ਸੀ ਦੁਖਮਾ ਦਾ। ਮੈਂ ਆਪਦੇ ਬ੍ਰਦਰ ਲਈ ਤੇ ਸਿੱਧੂ ਬਾਈ ਲਈ ਕੀਤਾ ਸੀ ਹਨਾ। ਪੋਸਟਰ ਪਾਏ ਤੇ ਵੀ ਮੈਨੂੰ ਇਹ ਕਮੈਂਟ ਆਏ ਸੀ ਵੀ ਆਹੋ ਹੁਣ ਤੂੰ ਚੱਲਦੀ ਤਾਂ ਹੈ ਨਹੀਂ। ਹੁਣ ਸਿੱਧੂ ਬਾਈ ਦਾ ਗਾਣਾ ਕਰਕੇ ਤੂੰ ਫੇਮ ਭਾਵੇਂਗੀ। ਵੀ ਆਖੇ ਮੇਰਾ ਕੰਮ ਚੱਲੇਗਾ। ਹੁਣ ਮੈਂ ਪਿਛਲੇ 8-9 ਮਹੀਨੇ ਤੋਂ ੱੱਕੇ ਖਾਰੀ ਆ। ਵੀ ਯਾਰ ਕੋਈ ਗਾਣਾ ਕਰ ਦੋ, ਕਰ ਦੋ, ਕਰ ਦੋ। ਕੋਈ ਨਹੀਂ ਕਰਦਾ। ਤਾਂ ਹੁਣ ਇਹ ਸਾਨੂੰ ਪ੍ਰੋਬਲਮ ਆ ਰਹੀ ਆ। ਅਗਲਾ ਕਹਿੰਦਾ ਵੀ ਇਹ ਕਿਹੜਾ ਫਰੈਸ਼ ਫੇਸ ਆ। ਇਰੇ ਤੇ ਦੁਬਾਰਾ ਗਾਣਾ ਕਰਨਾ ਪਤਾ ਨਹੀਂ ਚੱਲੂ ਕਿ ਨਹੀਂ ਤੇ ਅਸੀਂ ਐ ਨਹੀਂ ਬਜਟ ਦੇ ਸਕਦੇ ਜੇ ਨਾ ਗਾਣਾ ਚੱਲਿਆ ਫਿਰ ਸਾਡੇ ਪੈਸੇ ਖਰਾਬ ਨੇ ਤੇ ਜੇ ਅਸੀਂ ਕਰਾਂਗੇ ਤਾਂ ਅਸੀਂ ਫਿਰ ਸਾਈਨ ਕਰ ਲਾਂਗੇ ਸਾਈਨ ਹੋਣਾ ਮਤਲਬ ਉਹੀ 5 7 6 ਲਈ ਫੇਰ ਬੰਨੇ ਜਾਣਾ ਵੀ ਮੈਂ ਆਪਦੇ ਸਿਰ ਤੇ ਆਪਦੇ ਪੈਰਾਂ ਤੇ ਖੜੀ ਹੋ ਕੇ ਮੈਂ ਆਪ ਕਰਦਾ ਸਾਰਾ ਮੇਰੇ ਡੈਡ ਨਹੀਂ ਸੀ ਐਗਰੀ ਜੀ ਉਹ ਕਹਿੰਦੇ ਵੀ ਨਹੀਂ ਵੀ ਜਦੋਂ ਘਰੇ ਤੈਨੂੰ ਸਾਰਾ ਕੁਝ ਮਿਲ ਰਿਹਾ ਡੈਡ ਮੇਰੇ ਹੈਡਮਾਸਟਰ ਨੇ ਗਵਰਨਮੈਂਟ ਟੀਚਰ ਨੇ ਮੰਮੀ ਦਾ ਬੁਟੀਕ ਆ ਤੇ ਮੈਂ ਹੁਣ ਰੀਲਾਂ ਦਾ ਕੰਮ ਕਰਨ ਲੱਗ ਗਈ ਵੀ ਮੈਨੂੰ ਰੀਲਾਂ ਪੇਂਦਿਆ ਕਰੋ ਕਿਉਂਕਿ ਮੈਂ ਰੈਂਟ ਪੇ ਕਰਨਾ ਮੈਂ ਬਿਜਲੀ ਦਾ ਬਿੱਲ ਵੀ ਪੇ ਕਰਨਾ ਮੈਂ ਆਪਦਾ ਕੁਛ ਖਾਣਾ ਵੀ ਆ ਕੁਝ ਕੁ ਬੰਦੇ ਤੇ ਮੈਂ ਟਰਸਟ ਕੀਤਾ ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਤੋੜਿਆ ਪਹਿਲਾਂ ਸਾਂਭ ਲਿਆ ਵਰਤ ਕੇ ਛੱਡਤਾ ਫਿਰ ਮੈਂ ਇਕੱਲੀ ਰਹਿਣ ਲੱਗ ਗਈ ਬਿਲਕੁਲ ਆਪਣੀ ਇੰਡਸਟਰੀ ਦੇ ਆਪਣੀ ਇੰਡਸਟਰੀ ਦੇ ਅੱਛਾ ਭਾਈਚਾਰੇ ਦੇ ਬੰਦੇ ਮੈਂ ਫਿਰ ਇਕੱਲੀ ਰਹਿਣ ਲੱਗ ਗਈ ਸ਼ੁਰੂ ਸ਼ੁਰੂ ਚ ਨਾ ਮੇਰੀਆਂ ਸੀਨੀਆਂ ਹੁੰਦੀਆਂ ਸੀ ਮੈਂ ਨਾਮ ਨਹੀਂ ਲੈਣਾ ਹਾਂ ਪਰ ਉਹ ਜਦੋਂ ਜਦੋਂ ਹੁਣ ਉਹਨਾਂ ਦੇ ਘਾਰੇ ਚੱਲ ਗਏ ਉਹ ਵੀ ਸਾਰੀਆਂ ਮਤਲਬ ਵੀ ਅਨਫਰੈਂਡ ਕਰ ਗਈਆਂ ਕੋਈ ਗੱਲ ਨਹੀਂ ਕਰਦਾ ਫਿਰ ਹੁਣ ਥੋੜਾ ਜਿਹਾ ਆਏ ਹੁੰਦਾ ਵੀ ਯਾਰ ਇਹ ਕਿਵੇਂ ਬਦਲ ਜਾਂਦੇ ਨੇ ਮੈਂ ਸਟਾਰ ਰਹਿ ਚੁੱਕੀ ਤੇ ਮੇਰਾ ਬ੍ਰਦਰ ਜਿਹੜਾ ਛੋਟਾ ਹੁਣ ਉਹ ਮਤਲਬ ਮੈਂ ਸ਼ਾਇਦ ਭਾ ਗਾਣੀਆਂ ਹਨਾ ਵੀ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਆ ਉਹ ਇੰਨਾ ਜ਼ਿਆਦਾ ਕਰਦਾ ਨਾ ਮੇਰਾ ਮਤਲਬ ਉਹਨੇ ਰੋ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਭੇਜਣੀ ਆ ਰਾਤ ਨੂੰ ਸੌਣ ਲੱਗੇ ਗੁੱਡ ਨਾਈਟ ਜੇ ਉਹਦੀ ਮੇਰੇ ਨਾਲ ਗੱਲ ਨਾ ਹੋਵੇ ਦੀ ਜੀ ਤੂੰ ਗੱਲ ਕਿਉਂ ਨਹੀਂ ਕੀਤੀ ਤੇ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵੀ ਮੈਸੇਜ ਹੀ ਅਸੀਂ ਮੇਰੇ ਯਾਦ ਆ ਸੀ ਬਬੂ ਮਾਨ ਬਾਈ ਜੀ ਦਾ ਸ਼ੂਟ ਚੱਲੀ ਜਾਂਦਾ ਸੀਗਾ ਹਵਾਏ ਵੇਲੇ ਵੀ ਮੈਂ ਉੱਥੇ ਸੀ ਤੇ ਹੋਰ بڑے ਗਾਣਿਆਂ ਤੇ ਮੈਂ ਬੈਠੀ ਨੇ ਵੇਖੀ ਜਾਂਣ ਵੇਖੇਣਾ ਫਿਰ ਜਦੋਂ ਵਿੱਚ ਦੀ ਉਹਨਾਂ ਦਾ ਸ਼ਾਟ ਖਤਮ ਹੋਣਾ ਉਹ ਲੈ ਕੇ ਆਉ ਉਹਨੂੰ ਸ਼ੈਲੀ ਨੂੰ ਆਪਾਂ ਥੋੜਾ ਜਿਹਾ ਰਿਲੈਕਸ ਹੋਈਏ ਫਿਰ ਸਾਰਿਆਂ ਨੇ ਖੇਡਣਾ ਕਿਉਂਕਿ ਬਹੁਤ ਜ਼ਿਆਦਾ ਛੋਟੀ ਸੀ ਮੈਂ ਹੈ ਰਹਿਣਾ ਹੈ ਤੂੰ ਅੜੀਆਂ ਪਗੌੜਤੇ ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ ਹੈ ਰਹਿਣਾ ਹੈ ਤੂੰ ਅੜੀਆਂ ਪਗੌੜਤੇ ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ ਕਹਿੰਦੇ ਨੇ ਕਲਾ ਕਦੇ ਮਰਦੀ ਨਹੀਂ ਪਰ ਕਿ ਕਲਾਕਾਰ ਦੇ ਲਈ ਸਹੀ ਵਕਤ ਤੇ ਸਹੀ ਲੋਕਾਂ ਦਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਕਈ ਵਾਰ ਅਜਿਹਾ ਨਾ ਹੋਣ ਤੇ ਕਲਾ ਤੇ ਦਬਦੀ ਹੀ ਦਬਦੀ ਹੈ ਬੁਰਾ ਵਕਤ ਵੀ ਸ਼ੁਰੂ ਹੋ ਜਾਂਦਾ ਹੈ ਪੰਜਾਬੀ ਸਿਨੇਮਾ ਦੀ 뮤직 ਇੰਡਸਟਰੀ ਦੀ ਜੇਕਰ ਗੱਲ ਕਰੀਏ ਤੇ ਬੜੇ ਇੱਕ ਤੋਂ ਇੱਕ ਤੁਰੰਦਰ ਗਾਇਕ ਕਲਾਕਾਰ ਜਾਂ ਕਹਿ ਲਈਏ ਵੀ ਅਦਾਕਾਰ ਮੌਜੂਦ ਨੇ ਇੱਕ ਸਮੇਂ ਦੇ ਵਿੱਚ ਉਹਨਾਂ ਦੀ ਪੂਰੀ ਚੜ੍ਹਾਈ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਸਮਾਂ ਇਸ ਤਰ੍ਹਾਂ ਕਰਵਟ ਬਦਲਦਾ ਹੈ ਕੁਝ ਲੋਕਾਂ ਦੇ ਮਿਲਣ ਦੇ ਨਾਲ ਕਿ ਉਹਨਾਂ ਦੀ ਕਲਾ ਤੇ ਦਬਦੀ ਹੀ ਦਬਦੀ ਹੈ ਉੱਥੇ ਹੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹਨਾਂ ਦੀ ਕਲਾ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਡੋਮਿਨੇਟ ਹੁੰਦੀ ਹੈ ਕਿ ਇੱਕ ਸਵਾਲ ਬਣ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜ ਜਾਂਦੀ ਹੈ ਸੋ ਅਜਿਹੇ ਇੱਕ ਗਾਇਕ ਕਲਾਕਾਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਸ਼ੁਰੂਆਤ ਬਹੁਤ ਸੋਹਣੀ ਹੋਈ ਸੀ ਲੇਕਿਨ ਪਿਛਲੇ 8 ਸਾਲ ਤੋਂ ਨਾ ਕੇਵਲ ਡਿਪਰੈਸ਼ਨ ਬਲਕਿ ਸਮਾਜਿਕ ਜਿਹੜੀ ਪਰੇਸ਼ਾਨੀਆਂ ਨੇ ਉਸ ਦਾ ਵੀ ਸਾਹਮਣਾ ਕਰ ਰਹੇ ਨੇ ਬਹੁਤ ਕਰਨਾ ਚਾਹਾਂਗੇ ਸਲੀਨਾ ਸ਼ੈਲੀ ਦਾ ਸਲੀਨਾ ਸੰਧੂ ਦਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਪਹਿਲੇ ਸਤਿ ਸ਼੍ਰੀ ਅਕਾਲ ਮੈਮ ਤੇ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਹੀ ਈ ਵਿਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲੇ ਤੇ ਸਲੀਨਾ ਸ਼ੈਲੀ ਦਾ ਨਾਮ ਨਾਲ ਤੁਹਾਨੂੰ ਸਾਰੇ ਜਾਣਦੇ ਆਣਾ ਸੰਧੂ ਸ਼ੈਲੀ ਕਿਵੇਂ ਬਣੀ ਹੈ ਇਹ ਤਾਂ ਤੁਹਾਡਾ ਨਿਕਨੇਮ ਹੈ ਸ਼ੈਲੀ ਰਾਈਟ ਹਾਂਜੀ ਆ ਵੈਸੇ ਮੇਰਾ ਨਾਮ ਸਲੀਨਾ ਸੰਧੂ ਆ ਤੇ ਜਦੋਂ ਹੁਣ ਐਜ਼ ਐਨ ਆਰਟਿਸਟ ਏਸ ਲਾਈਨ ਚ ਆਉਣਾ ਸੀ ਤਾ ਅਸੀਂ ਕੁਝ ਵੱਖਰਾ ਰੱਖਣਾ ਸੀ ਸ਼ੈਲੀ ਮੇਰਾ ਘਰ ਦਾ ਨਾਮ ਸੀ ਤੇ ਗੋਤ ਆਈ ਥਿੰਕ ਸਾਰੇ ਹੀ ਲਾਉਂਦੇ ਨੇ ਕਲਾਕਾਰ ਜਿੰਨੇ ਵੀ ਨੇ ਪਰ ਮੈਨੂੰ ਸੀ ਕੁਝ ਆਪਾਂ ਵੀ ਵੱਖਰਾ ਰੱਖਣਾ ਹੈ ਨਾ ਤੇ ਅਸੀਂ ਤਾਂ ਕਰਕੇ ਸਲੀਨਾ ਸ਼ੈਲੀ ਰੱਖਿਆ ਸੀ ਨਾਮ ਪਹਿਲਾ ਗਾਣਾ ਕਿਹੜੇ ਚ ਆਇਆ ਤੁਹਾਡਾ ਪਹਿਲਾ ਗਾਣਾ ਆਈ ਥਿੰਕ 19 ਜਾਂ 20 ਕੋਣੀ ਵੀ ਸਾਲ ਦੀ ਉਮਰ 19 20 ਆਸਟ੍ਰੇਲੀਆ ਸੀਗੇ ਆਸਟ੍ਰੇਲੀਆ ਸੀ ਮੈਂ ਪਰਦੇ ਸੀ ਹਾਂਜੀ ਕੰਮ ਵੀ ਕਰਦੇ ਸੀ ਹਾਂਜੀ ਕੀ ਕਰਦੇ ਸੀ ਮੈਂ ਗਈਆਂ ਆਈ ਥਿੰਕ 2013 ਦੇ ਵਿੱਚ ਮੇਰੀ ਪਲੱਸ 2 ਹੋਈ ਤੇ ਅਸੀਂ ਵੇਟ ਕਰਦੇ ਸੀ ਮੈਂ ਕਦੋਂ 18 ਦੀ ਹੋਵਾਂ ਤੇ ਮੇਰੀ ਫਾਈਲ ਲੱਗਣੀ ਆ ਇਹ ਪੇਰੈਂਟਸ ਦੀ ਪਲਾਨਿੰਗ ਸੀ ਪੇਰੈਂਟਸ ਦੀ ਹਾਂਜੀ ਓਕੇ ਤੇ ਅਸੀਂ ਮੈਂ 18 ਦੀ ਹੋਈ 7 ਸਪਟੈਂਬਰ ਨੂੰ ਤੇ ਨਾਲ ਦੀ ਨਾਲ ਹੀ 8 ਜਾਂ 9 ਨੂੰ ਫਾਈਲ ਲਾਈ 15 16 ਨੂੰ ਵੀਜ਼ਾ ਆ ਗਿਆ ਤੇ ਬਾਹਰ ਚਲੀ ਗਈ ਸਭ ਤੋਂ ਪਹਿਲੀ ਜੌਬ ਮੈਂ ਜਾ ਕੇ ਕੀਤੀ ਕਲੀਨਿੰਗ ਦੀ ਓਕੇ the ऑफिस क्लीनिंग ਦਾ ਕੰਮ ਸੀਗਾ ਬੜਾ ਮਜ਼ੇਦਾਰ ਰਾਤ ਨੂੰ ਜਾਣਾ ਜਾ ਕੇ ਸਫਾਈ ਕਰਕੇ ਆਉਣੀ ਕਿਸੇ ਦੀ ਕੋਈ ਇੰਟਰਫੀਰੈਂਸ ਨਹੀਂ ਕੁਛ ਨਹੀਂ ਮੈਂ ਬੜੇ ਮਹੀਨੇ ਉਹੀ ਕੰਮ ਕੀਤਾ ਪਹਿਲਾਂ ਗੁੱਡ ਆਰਨਿੰਗ ਬਹੁਤ ਵਧੀਆ ਹਾਂਜੀ ਤੇ ਹਫਤੇ ਦਾ ਮਤਲਬ 4-500 ਡਾਲਰ ਵੀਕ ਅੰਟੇ ਕੰਮ ਕਰਕੇ ਬਹੁਤ ਜ਼ਿਆਦਾ ਕਿਉਂਕਿ ਵਾ ਸਿੰਗਲ ਸੀ ਹੈ ਨਾ ਤੇ ਵਧੀਆ ਮੇਰੀ ਆਪ ਦੀ ਫੀਸ ਮੈਂ ਕੱਢ ਲਈ ਸੀਗੀ ਬਾੜੀ ਮੋਟੀ ਜਿਹੜੀ ਘਟੀ ਫਿਰ ਪਾਪਾ ਨੇ ਕਰਤੀ ਓਕੇ ਉਸ ਤੋਂ ਬਾਅਦ ਹੋਰ ਨਿੱਕੇ ਮੋਟੇ ਕੰਮ ਚੱਲਦੇ ਗਏ ਬਾਅਦ ਵਿੱਚ ਸਿਡਨੀ ਮੂਵ ਹੋ ਗਈ ਪੀਜ਼ਾ ਬਣਾਉਣ ਦਾ ਕੀਤਾ ਫਿਰ ਕਾਫੀ ਵਾਲਾ ਸੀਗਾ ਤੇ ਰੈਸਟੋਰੈਂਟਸ ਤੇ ਬਸ ਇਦਾਂ ਚੱਲਦਾ ਰਿਹਾ ਸੋ ਵਧੀਆ ਚੱਲ ਰਿਹਾ ਸੀ ਵਧੀਆ ਗਾਇਕੀ ਦੀ ਸ਼ੁਰੂਆਤ ਇੱਕੋ ਦਮ ਵਿੱਚ ਕਿਵੇਂ ਐਂਟਰੀ ਕਰ ਗਈ ਗਾਇਕੀ ਦੀ ਸ਼ੁਰੂਆਤ ਵੈਸੇ ਮੇਰਾ ਮਤਲਬ ਜਿਹੜਾ ਬਚਪਨਾ ਉਹ ਇਸੇ 'ਚ ਲੰਘਿਆ ਮੇਰੇ ਪੇਰੈਂਟਸ ਡीडी ਪੰਜਾਬੀ ਤੇ ਹੁੰਦਾ ਸੀ ਪ੍ਰੋਗਰਾਮ ਜਿੰਨੇ ਵੀ ਉਹ ਚ ਮੇਰੇ ਮਦਰ ਮੇਰੇ ਫਾਦਰ ਤੇ ਸਾਡਾ ਗਰੁੱਪ ਹੁੰਦਾ ਸੀ ਕੁੜੀਆਂ ਮੁੰਡਿਆਂ ਦਾ ਉਦੋਂ ਔਰਕੈਸਟਰਾ ਵਾਲਾ ਸਿਸਟਮ ਨਹੀਂ ਸੀ ਮਤਲਬ ਪੰਜਾਬੀ ਫੋਕ ਹੁੰਦਾ ਸੀ ਤੇ ਮੈਂ ਹੁੰਦੀ ਸੀ ਉਦੋਂ ਆਈ ਥਿੰਕ ਤਿੰਨ ਚਾਰ ਸਾਲ ਦੀ 8-9 ਸਾਲ ਤੱਕ ਫਿਰ ਅਸੀਂ 2000 1-2 ਤੱਕ ਅਸੀਂ 1 ਤੱਕ ਕਰਿਆ ਉਹ ਤੇ ਉਹ ਤੋਂ ਬਾਅਦ ਮੇਰੇ ਬ੍ਰਦਰ ਹੋਇਆ ਮੇਰੇ ਤੋਂ 8 ਸਾਲ ਛੋਟਾ ਸੀ ਉਹ ਉਹ ਸੀਗਾ ਫਿਰ ਸਪੈਸ਼ਲ ਜਾਇਲ ਓਕੇ ਉਹ 3 ਮਹੀਨੇ ਤੱਕ ਠੀਕ ਸੀਗਾ ਵਧੀਆ ਉਹ ਤੋਂ ਬਾਅਦ ਰੱਬ ਜਾਣਦਾ ਵੀ ਕਿਸੇ ਨਰਸ ਤੋਂ ਡਿਗਿਆ ਹੈ ਜਾਂ ਕੀ ਪ੍ਰੋਬਲਮ ਸੀ ਹਨਾ ਫਿਰ ਉਹ ਬਿਮਾਰ ਹੋ ਗਿਆ ਤੇ ਅਸੀਂ ਪਿੰਡੋਂ ਵੀ ਉਧਰ ਮੂਵ ਹੋ ਗਏ ਨਾਬੇ ਫਿਰ ਉਸੇ ਚ ਮਾਹੌਲ ਜਿਗੇ ਤੇ ਸਾਰਾ ਵਿੱਚ ਹੀ ਰਹਿ ਗਿਆ ਤੇ ਹੁਣ ਜਿਹੜੇ ਮਮਾ ਦੇ ਨਾਲ ਦੇ ਸੀ ਉਦੋਂ ਦੇ ਉਹ ਸਾਰੇ ਬਾਹਰ ਬੈਠੇ ਨੇ ਤੇ ਮੇਰੇ ਮਦਰ ਉਹਦੇ ਚ ਹੀ ਲੱਗੇ ਸੋ ਮੇਰਾ ਬਚਪਨਾ ਹੀ ਉਹਦੇ ਚ ਸੀਗਾ ਹਰ ਇੱਕ ਆਰਟਿਸਟ ਜਿਨਨੇ ਵੱਡੇ ਤੋਂ ਵੱਡੇ ਨੇ ਸੀਨੀਅਰ ਹਾਂ ਉਹ ਸਾਰਿਆਂ ਨੇ ਤਾਂ ਮਤਲਬ ਐ ਗੋਦੀ ਚ ਖੜਾਇਆ ਹੋਇਆ ਅੱਛਾ ਤੇ ਅਸੀਂ ਮੇਰੇ ਯਾਦ ਆ ਸੀ ਬੱਬੂ ਮਾਨ ਬਾਈ ਜੀ ਦਾ ਸ਼ੂਟ ਚੱਲੀ ਜਾਂਦਾ ਸੀਗਾ ਹਵਾਏ ਵੇਲੇ ਵੀ ਮੈਂ ਉੱਥੇ ਸੀ ਤੇ ਹੋਰ ਬੜੇ ਗਾਣਿਆਂ ਤੇ ਮੈਂ ਬੈਠੀ ਨੇ ਵੇਖੀ ਜਾਣ ਵੇਖਿਆ ਨਾ ਫਿਰ ਜਦੋਂ ਵਿੱਚ ਦੀ ਉਹਨਾਂ ਦਾ ਸ਼ਾਟ ਖਤਮ ਹੋਣਾ ਉਹ ਲੈ ਕੇ ਆਉ ਉਹਨੂੰ ਸ਼ੈਲੀ ਨੂੰ ਆਪਾਂ ਥੋੜਾ ਜਿਹਾ ਰਿਲੈਕਸ ਹੋਈਏ ਫਿਰ ਸਾਰਿਆਂ ਨੇ ਖੇਡਣਾ ਕਿਉਂਕਿ ਬਹੁਤ ਜ਼ਿਆਦਾ ਛੋਟੀ ਸੀ ਮੈਂ ਫਿਰ ਸ਼ਾਟ ਦੇ ਪੈਰੈਂਟਸ ਦਾ ਅ ਡੈਡ ਦਾ ਨਾਮ ਸਰਦਾਰ ਰਾਜਨ ਸਿੰਘ ਜੀ ਤੇ ਮੇਰੇ ਮਦਰ ਨੇ ਸ਼੍ਰੀਮਤੀ ਜਸਮੀਨਾ ਬੇਗਮ ओके okay. हां जी नाइस ਤੇ ਫਿਰ ਕਿਸ ਤਰ੍ਹਾਂ ਉਹ ਸਮਾ ਜਿਹੜਾ ਹੈ ਉਹ ਚੱਲਦਾ ਸੀਗਾ ਬੱਬੂ ਮਾਨ ਜੀ ਖੇਡ ਉਹ ਬਹੁਤ ਸੋਹਣਾ ਮੈਂ ਹੁਣ ਪਿਕਚਰਸ ਦੇਖਦੀ ਹੰਨੀ ਆ ਕਿ ਐਨਾ ਸੋਹਣਾ ਮੇਰਾ ਮਤਲਬ ਵੀ ਬਚਪਨਾ ਸੀ ਹੈ ਨਾ ਤੇ ਮੈਨੂੰ ਸ਼ਾਇਦ ਉਥੋਂ ਹੀ ਗਾਉਣ ਦਾ ਹੋਇਆ ਹੋਵੇ ਜੀ ਮੈਂ ਸਕੂਲ ਟਾਈਮ ਗਾਉਂਦੀ ਹੁੰਦੀ ਸੀ ਤੇ ਜਦੋਂ ਹੁਣ ਮੇਰੀਆਂ ਵੀਡੀਓਜ਼ ਰੀਸੈਂਟਲੀ 14 ਇੰਚ ਵਾਇਰਲ ਹੋਈਆਂ ਨੇ ਮੇਰੇ ਪੇਰੈਂਟਸ ਵੱਲੋਂ ਕੋਈ ਰੋਕ ਨਹੀਂ ਸੀ ਓਕੇ ਕਿਉਂਕਿ ਸ਼ੁਰੂ ਤੋਂ ਹੀ ਉਹ ਲਾਈਨ 'ਚ ਸੀਗੇ ਉਹ ਵਧੀਆ ਚੱਲੀ ਆ ਉਹ ਵੀ ਮਤਲਬ ਇਦਾਂ ਹੀ ਬਸ ਵੀ ਕੋਈ 뮤직 ਨਹੀਂ ਕੋਈ ਸ਼ਨੀ ਆ ਕੈਮਰਾ ਸੀਗਾ ਤੇ ਮੈਂ ਸਿਰਫ ਇਦਾਂ ਗਾ ਕੇ ਆਈ ਕੱਛੜ ਦੇਣਾ ਵੀ ਠੀਕ ਆ ਅੱਛਾ ਪਹਿਲੀ ਵੀਡੀਓ ਤੁਸੀਂ ਵੀ ਨਹੀਂ ਵਾਇਰਲ ਕੀਤੀ ਨਹੀਂ ਤੁਹਾਡੇ ਕਿਸੇ ਨੇੜਲੇ ਨੇ ਵੀ ਨਹੀਂ ਕੀਤੀ ਨਹੀਂ ਮੇਰਾ ਬ੍ਰਦਰ ਸੀਗਾ ਇਦਾਂ ਜਿਵੇਂ ਆਪਣਾ ਰਿਸ਼ਤਾ ਬਣ ਜਾਂਦਾ ਹੈ ਨਾ ਉਹ ਨਿਊਜ਼ੀਲੈਂਡ ਤੋਂ ਸੀਗੇ ਤੇ ਮੈਂ ਇੱਕ ਦਿਨ ਉਹਨਾਂ ਦਾ ਫੋਨ ਆਇਆ ਮੈਂ ਗਾਣਾ ਗਾ ਰਹੀ ਸੀ ਅੱਗੋਂ ਉਦੋਂ ਗਾਣਾ ਮੈਂ ਸੁਣਿਆ ਸੀਗਾ ਅ ਡਰਦੇ ਆ ਕਿਤੇ ਛੱਡ ਨਾ ਜਾਵੇਂ ਪਾਗਲ ਹੀ ਬਾਈ ਜੀ ਦਾ ਤੇ ਉਹ ਕਹਿੰਦੇ ਤੂੰ ਗੌਣੀਆ ਮੈਂ ਕਿਹਾ ਵੀ ਹਾਂ ਮਾੜਾ ਮੋਟਾ ਕਹਿੰਦੇ ਨਹੀਂ ਮਾੜਾ ਮੋਟਾ ਨਹੀਂ ਲੱਗ ਰਹਾ ਕਹਿੰਦੇ ਮਾੜਾ ਗਾ ਕੇ ਭੇਜੀ ਮੈਂ ਤੇਰੀ ਭਾਬੀ ਨੂੰ ਵੀ ਸੁਣਾਉਂਗਾ ਮੈਂ ਇਦਾਂ ਹੀ ਵੀਡੀਓ ਨਾ ਮੇਰੇ ਵਾਲ ਜੇ ਖਿੰਡੇ ਹੋਏ ਨੇ ਤੇ ਮੈਂ ਕਿਹਾ ਚਲ ਘਰੀ ਭੇਜਣੀ ਆ ਮੈਂ ਸਮੂਹਰੇ ਉਹਦੇ ਲੈਪਟਾਪ ਤੇ ਇਦਾਂ ਮੈਂ ਆਪਣਾ ਫੋਨ ਰੱਖਿਆ ਤੇ Samsung ਦਾ ਫੋਨ ਹੁੰਦਾ ਹੀ ਮੇਰੇ ਕੋਲ ਮੈਂ ਇਦਾਂ ਹੀ ਉਹਨੂੰ ਗਾਣਾ ਗਾ ਕੇ ਭੇਜਤਾ ਤੇ ਉਹ ਅੱਗੋਂ ਨੇ ਕਿਤੇ ਵੀਡੀਓ ਆਪਣੇ ਪੇਜ ਤੇ ਪਾਈ ਹੋਣੀ ਮੈਂ Facebook ਤੇ ਵੀ ਨਹੀਂ ਸੀ ਉਦੋਂ ਕਿਉਂਕਿ ਜੌਬ ਕਰਦੇ ਹੁੰਦੇ ਸੀ ਨਾ ਟਾਈਮ ਹੀ ਨਹੀਂ ਸੀ ਹੁੰਦਾ ਨਾ ਤੇ ਵਿੱਚ ਦੀ ਕੁਝ ਟਾਈਮ ਆਇਆ ਵੀ ਜੌਬ ਨਹੀਂ ਸੀਗੀ ਫੇਰ ਮੈਨੂੰ ਪਤਾ ਲੱਗਿਆ ਵੀ ਹਾਂ ਮੇਰੀਆਂ ਕੋਈ ਵੀਡੀਓਜ਼ ਅੱਗੇ ਉਹ ਪੇਜ ਤੇ ਪਾਉਂਦੇ ਨੇ ਫੇਰ ਮੈਨੂੰ ਵੀਰੇ ਨੇ ਵੀ ਦੱਸਿਆ ਮੇਰੇ ਘਰਦਿਆਂ ਦੇ ਫੋਨ ਆਏ ਕਹਿੰਦੇ ਤੇਰੀਆਂ ਵੀਡੀਓਜ਼ ਬੜੀਆਂ ਚੱਲ ਰਹੀਆਂ ਨੇ ਮੈਂ ਕਿਹਾ ਕਿਹੜੀਆਂ ਉਹਨਾਂ ਨੇ ਜਦੋਂ ਭੇਜੀਆਂ ਮੈਂ ਕਿਹਾ ਤਾਂ ਮੈਂ ਵੀਰੇ ਨੂੰ ਭੇਜੀ ਸੀ ਮੈਂ ਵੀਰੇ ਨੂੰ ਪੁੱਛਿਆ ਕਹਿੰਦੇ ਆਪਣਾ ਪੇਜ ਬਹੁਤ ਸੋਹਣਾ ਚੱਲਦਾ ਇੱਕ ਪੱਕੇ ਨਿਊਜ਼ੀਲੈਂਡ ਵਾਲੇ ਤੇ ਉਹ ਉਸੇ ਪੇਜ ਤੇ ਬਸ ਆ ਹੀ ਪਾਉਂਦੇ ਸੀ ਕੋਈ ਨੈਗੇਟਿਵ ਕਮੈਂਟ ਨਹੀਂ ਆਉਣਾ ਤੇ ਲੋਕਾਂ ਦੀ ਇਸ ਇੰਨੀ ਕਿ ਕਯੂਰਿਓਸਟੀ ਸੀ ਵੀ ਕੁੜੀ ਕੌਣ ਹੂੰ ਵੀ ਇਹ ਕੋਈ ਬਾਹਰਲੀ ਆ ਜਾਂ ਪਾਕਿਸਤਾਨ ਦੀ ਆ ਮੋਸਟਲੀ ਲੋਕਾਂ ਨੂੰ ਇਹ ਜਿਵੇਂ ਪਾਕਿਸਤਾਨ ਤੋਂ ਆ ਓਕੇ ਲੋਕੀ ਲੈਜ਼ੇ ਤੋਂ ਲਾ ਲੋ ਜਾਂ ਲੁੱਕ ਤੋਂ ਉਦਾਂ ਹੀ ਪਤਾ ਨਹੀਂ ਫਿਰ ਬਾਅਦ ਚ ਬਹੁਤ ਟਾਈਮ ਬਾਅਦ ਪਤਾ ਲੱਗਿਆ ਸੀ ਵੀ ਹਾਂ ਇਹ ਕੋਈ ਸਲੀਨਾ ਨਾਮ ਦੀ ਕੁੜੀ ਆ ਇਹ ਸੰਧੂਆ ਦੀ ਕੁੜੀ ਆ ਸੰਧੂਆ ਦੀ ਓਕੇ ਸੋ ਵਕਤ ਸੋਨਾ ਨਿਕਲ ਰਿਹਾ ਸੀ ਮਤਲਬ ਬਹੁਤ ਸੋਹਣਾ ਹਾਂਜੀ ਲਾਈਕ ਅ ਡ੍ਰੀਮ ਵਰਲਡ ਯੂ ਨੋ ਪਰ ਫੈਂਟਸੀ ਕੰਨੇ ਆ ਸੋ ਉਹ ਸਭ ਹੋ ਰਿਹਾ ਸੀ ਬਿਲਕੁਲ ਕਿਵੇਂ ਟਰਨ ਕੀਤਾ ਟਰਨ ਮੈਂ 15 ਦੇ ਵਿੱਚ 14 ਦੇ ਵਿੱਚ ਤੇ 14 ਦੀ ਸਟਾਰਟਿੰਗ ਆਈ ਥਿੰਕ ਜਦੋਂ ਵੀਡੀਓਜ਼ ਵਾਇਰਲ ਹੋਈਆਂ ਕੋਈ ਫੈਮਲੀ ਸੀ ਸਾਨੂੰ ਪੁਰਾਣੇ ਜਾਣਦੇ ਸੀਗੇ ਓਕੇ ਤੇ ਦੇ ਵਰ ਲਾਈਕ ਕਿ ਤੂੰ ਇੱਥੇ ਕੱਲੀ ਹੋ ਰਹੀਆਂ ਤੂੰ ਇੱਥੇ ਆ ਜਾ ਮੈਨੂੰ ਵੀ ਸੀਗਾ ਵੀ ਹਾਂ ਮੈਂ ਇੱਥੇ ਆ ਨਾ ਕੱਲੀ ਆ ਤੇ ਉੱਥੇ ਮੈਨੂੰ ਫੈਮਲੀ ਮਿਲ ਜੂਗੀ ਵੀ ਫੈਮਲੀ ਚ ਰਹਾਂਗੇ ਇੱਕ ਵਧੀਆ-ਵਧੀਆ ਸਾਰਾ ਹੋਰ ਸੈੱਟ ਹੋ ਜਾਣਾ ਨਾ ਉਹ ਮੇਰੀਆਂ ਵੀਡੀਓਜ਼ ਉਹਨਾਂ ਨੇ ਹੋਰ ਵਧੀਆ ਕਰਕੇ ਪਾਉਣੀਆਂ ਅੱਛਾ ਉਹਦੇ ਤੇ ਵੀ ਮੈਨੂੰ ਵੀ ਚਲੋ ਆਏ ਸੀ ਵੀ ਹਾਂ ਠੀਕ ਆ ਸਾਥ ਮਿਲ ਗਿਆ ਨਾ ਸਾਥ ਮਿਲ ਗਏ ਵੀ ਸਾਡੀ ਲਾਈਨ ਦੇ ਨੇ ਹਨਾ ਪਰ ਉਹ ਮੈਨੂੰ ਨਹੀਂ ਸੀ ਪਤਾ ਵੀ ਉਹ ਇੰਨੀ ਮਿਹਨਤ ਕਿਉਂ ਕਰ ਰਹੇ ਨੇ ਕਿਉਂਕਿ ਮੈਂ 18 19 ਦੀ ਸੀਗੀ ਤੇ ਮੈਂ ਕਦੇ ਘਰੋਂ ਬਾਹਰ ਵੀ ਨਹੀਂ ਜਾ ਕੇ ਵੇਖਿਆ ਇਨੋਸੈਂਸ ਸੀ ਜਿੱਦਾਂ ਦਾ ਸਾਡਾ ਸ਼ਹਿਰ ਆ ਹਨਾ ਜਿੱਦਾਂ ਦੀ ਮੇਰੀ ਫੈਮਿਲੀ ਆ ਵੀ ਮੈਂ ਕਦੇ ਕੋਈ ਟ੍ਰਿਪ ਤੇ ਨਹੀਂ ਮੇਰੇ ਕੋਈ ਫਰੈਂਡ ਸਰਕਲ ਨਹੀਂ ਸੀ ਅਸੀਂ ਘਰ ਹੀ ਰਹਿੰਦੇ ਸੀ ਦੁਨੀਆ ਨਹੀਂ ਦੇਖੀ ਸੀ ਤੇ ਮੈਂ ਉਹਨਾਂ ਜਿਵੇਂ ਉਹਨਾਂ ਨੇ ਕਹਿਣਾ ਉਹਵੇਂ ਕਰੀ ਜਾਣਾ ਵੀ ਆਇਆ ਤਿਆਰ ਹੋ ਜਾ ਆਪਾਂ ਤੇਰੀ ਵੀਡੀਓ ਬਣਾ ਕੇ ਆਉਨੇ ਆ ਤੇ ਉਦੋਂ ਹੀ ਤਿਆਰ ਹੋ ਕੇ ਆਈ ਨਿਕਲ ਜਾਣਾ ਬਣਾ ਕੇ ਪਾ ਦੇਣੀ ਹਨਾ ਫਿਰ ਨਾਮ ਰੱਖਿਆ ਸਲੀਨਾ ਸ਼ੈਲੀ ਉਹਨਾਂ ਨੇ ਉਹਨਾਂ ਨੇ ਤੇ ਕੰ ਉਹ ਕਹਿੰਦੇ ਸੀ ਸਲੀਨਾ ਸੰਦੋ ਤੇ ਫਿਰ ਮੈਨੂੰ ਸ਼ੈਲੀ ਸ਼ੈਲੀ ਕਹੀ ਗਏ ਕਹਿੰਦੇ ਫਿਰ ਆਪਾਂ ਵੱਖਰਾ ਰੱਖ ਦਿਆ ਕੁਝ ਵੀ ਆਪਾਂ ਸਲੀਨਾ ਸ਼ੈਲੀ ਰੱਖ ਲੈਨੇ ਮੈਂ ਕਿਹਾ ਵੀ ਹਾਂ ਠੀਕ ਆ ਪੇਜ ਬਣਾ ਲਿਆ ਤੇ ਫਿਰ ਉਹਤੇ ਵੀਡੀਓਸ ਪਾਉਣ ਲੱਗੇ ਫਿਰ ਲੋਕਾਂ ਦੀ ਡਿਮਾਂਡ ਸੀ ਵੀ ਗਾਣਾ ਕਰੋ ਕਹਿੰਦੇ ਆਪਾਂ ਗਾਣਾ ਕਰਦੇ ਆ ਮੈਂ ਕਿਹਾ ਵੀ ਨਹੀਂ ਮੈਂ ਹਲੇ ਨਹੀਂ ਕਰਨਾ ਵੀ ਮੈਂ ਪਹਿਲਾਂ ਪੀਆਰ ਪਾਉਣੀ ਆ ਜਿਹੜੇ ਕੰਮ ਲਈ ਇੱਥੇ ਆਈਆਂ ਹਨਾ ਇਹ ਤਾਂ ਚੱਲਦੇ ਹੀ ਰਹਿਣਾ ਇਹ ਤਾਂ ਵੀ ਬਾਅਦ ਚ ਕਰ ਲਾਂਗੇ ਜਦੋਂ ਪੈਸਾ ਆ ਗਿਆ ਮੇਰੇ ਕੋਲ ਤੇ ਨਹੀਂ ਨਹੀਂ ਕਹਿੰਦੇ ਆਪਾਂ ਬੈਠੇ ਆਪਾਂ ਤੇਰੀ ਹੈਲਪ ਕਰਦੇ ਆ ਮੈਂ ਕਿਹਾ ਵੀ ਠੀਕ ਆ ਕਰ ਲਓ ਮੈਂ ਉਵੇਂ ਫੇਰ ਵੀ ਚਲੋ ਕੋਈ ਚੱਕਰ ਨਹੀਂ ਉਹਨਾਂ ਦੇ ਆਪਦੇ ਵੀ ਬੇਟੀ ਸੀਗੀ ਓਕੇ ਉਹ ਸੀਗੀ 1-2 ਸਾਲ ਦੀ ਤੇ ਮੈਂ ਉਹਦੇ ਨਾਲ ਹੀ ਲੱਗੀ ਰਹਿੰਦੀ ਸੀ ਸਾਰਾ ਦਿਨ ਉਹਨਾਂ ਨੇ ਕਹਿਣਾ ਤੂੰ ਇਹਦੀ ਟੇਕ ਕੇਅਰ ਕਰ ਤੂੰ ਧਿਆਨ ਰੱਖ ਵੀ ਕੰਮ ਤਾਂ ਅਸੀਂ ਕਰੀ ਜਾਵਾਂਗੇ ਮੈਨੂੰ ਹੁੰਦਾ ਸੀ ਵੀ ਚਲੋ ਠੀਕ ਆ ਮੈਂ ਉਹਦੇ ਉਹਦੇ ਨਾਲ ਲੱਗੀ ਹੋਈਆਂ ਵੀ ਉਹਨਾਂ ਦੀ ਬੇਟੀ ਪਲ ਜੂ ਹਨਾ ਆਪਾਂ ਵਧੀਆ ਕਰਦੇ ਰਹੇ ਉਹ ਪਹਿਲਾ ਗਾਣਾ ਵੀ ਹੋ ਗਿਆ ਜਦੋਂ ਗਾਣਾ ਆਉਣਾ ਸੀ ਮੇਰੇ ਬ੍ਰਦਰ ਦੀ ਡੈਥ ਹੋ ਗਈ ਰੀਅਲ ਬ੍ਰਦਰ ਦੀ ਜਿਹੜਾ ਮੇਤੋਂ 8 ਸਾਲ ਛੋਟਾ ਸੀ ਹਾਂ ਹਾਂ ਉਹ ਅਕਤੂਬਰ ਦੇ ਵਿੱਚ ਹੋਇਆ ਹੂੰ ਤੇ ਆਫਟਰ ਦੈਟ ਦਿਸੰਬਰ ਦੇ ਵਿੱਚ ਮੈਂ ਇੰਡੀਆ ਚਲੀ ਗਈ ਸਾਰਾ ਕੁਝ ਛੱਡ ਕੇ ਕਿਉਂਕਿ ਮੈਂ 2 ਮਹੀਨੇ ਇਸੇ ਚੀਜ਼ 'ਚ ਸੋਚੀ ਗਈ ਵੀ ਮੈਂ ਉਹਨੂੰ ਵੇਖ ਨਹੀਂ ਸਕੀ ਅਕਤੂਬਰ 'ਚ ਡੈਥ ਹੋਈ ਤਾਂ ਫਿਰ ਦਿਸੰਬਰ 'ਚ ਗਈ ਹਾਂਜੀ 2 ਮਹੀਨੇ ਮੈਂ ਅਕਤੂਬਰ 'ਚ ਉਹਦੇ ਉਹਦੇ ਸੰਸਕਾਰ ਜਾਣਾ ਸੀ ਜਦੋਂ ਸੰਸਕਾਰ ਸੀਗਾ ਪਰ ਮੇਰੇ ਕੋਲ ਇੱਕ ਆਪਸ਼ਨ ਸੀ ਵੀ ਜੇ ਤੂੰ ਹੁਣ ਇੰਡੀਆ ਚਲੀ ਗਈ ਕਾਲਜ ਨਹੀਂ ਸੀਗਾ ਐਡਮਿਸ਼ਨ ਨਵੀ ਲੈਣੀ ਸੀ ਦੁਬਾਰਾ ਸਮੈਸਟਰ ਖਤਮ ਹੋਇਆ ਸੀ ਤੇ ਵਿਜੈ ਤੂੰ ਚਲੀ ਗਈ ਤੈਨੂੰ ਦੁਬਾਰਾ ਐਂਟਰੀ ਨਹੀਂ ਮਿਲਨੀ ਤੇ ਮੈਂ 2 ਮਹੀਨੇ ਇਸ ਅਸੀਂ ਲੱਭੀ ਗਏ ਲੱਭੀ ਗਏ ਕਾਲਜ ਵੀ ਕਰੀਏ ਕਰੀਏ ਪਤਾ ਨਹੀਂ ਉਹਨਾਂ ਨੇ ਜਾਣ ਕੇ ਨਹੀਂ ਕੀਤਾ ਜਾਂ ਮੈਨੂੰ ਨਹੀਂ ਬਤਾ ਅਜੇ ਤੱਕ ਨਹੀਂ ਸਮਝ ਆਈ ਉਹਨਾਂ ਨੇ ਕਿਉਂ ਕਿਉਂ ਨਹੀਂ ਕਰਿਆ ਨਾ ਫਿਰ ਮੇਰੇ ਕੋਲ ਲਾਸਟ ਆਪਸ਼ਨ ਸੀ ਵੀ ਮੈਂ ਸਾਰਾ ਕੁਝ ਛੱਡ ਛੜਾ ਕੇ ਇੰਡੀਆ ਚਲੀ ਜਾਨੀ ਆ ਰਾਈਟ ਉੱਥੇ ਵੀ ਮੈਨੂੰ ਦਿਖ ਰਿਹਾ ਉੱਥੇ ਕੋਈ ਸਵਾਲ ਨਹੀਂ ਹੈਗਾ ਪਰ ਹੋ ਸਕਦਾ ਆਹ ਲਾਈਨ ਜੀ ਮੈਂ ਕਰ ਲੂ ਹਨਾ ਕੁਝ ਬਾਲੀਆਂ ਚੀਜ਼ਾਂ ਘੁੰਮੀ ਜਾਂਦੀਆਂ ਸੀ ਦਿਮਾਗ 'ਚ ਜਦੋਂ ਤੁਹਾਨੂੰ ਸਮਝ ਨਹੀਂ ਆਉਂਦਾ ਜਦੋਂ ਸਾਰਾ ਕੁਝ ਖਰਾਬ ਹੋ ਜਾਂਦਾ ਵੀ ਅਸੀਂ ਕੀ ਕਰਨਾ ਉਸ ਟਾਈਮ ਤੇ ਪੇਰੈਂਟਸ ਨੂੰ ਪਤਾ ਸੀਗਾ ਕਿ ਇੱਕ ਪਾਸੇ ਅਸੀਂ ਆਪਣਾ ਬੇਟਾ ਲਾਸ ਕਰਤਾ ਦੂਜੇ ਪਾਸੇ ਇਹਦੀ ਉੱਥੇ ਸਟਰਗਲ ਚੱਲ ਰਹੀ ਹੈ ਉਹ ਪਾਪਾ ਨੇ ਮੈਨੂੰ ਰੋਕਿਆ ਸੀ ਵੀ ਤੂੰ ਆਈ ਨਾ ਵੀ ਇੱਥੇ ਤੈਨੂੰ ਮਾਹੌਲ ਦਾ ਪਤਾ ਵੀ ਤੈਨੂੰ ਫੇਰ ਨਹੀਂ ਇੱਧਰ ਉੱਧਰ ਜਾਣ ਦੇਣਾ ਤੇ ਵੀ ਜਿੱਦਾਂ ਦਾ ਆਪਣਾ ਸ਼ਹਿਰ ਆ ਹਨਾ ਜਿਆਦਾ ਵੀ ਇਹ ਹੈਗੀ ਤੇ ਆਪਣਾ ਕਰੀਅਰ ਵੀ ਹਾਂ ਕਹਿੰਦੇ ਵੀ ਤੂੰ ਇੱਥੇ ਰਹਿ ਕੇ ਕੁਝ ਵੀ ਲੱਭ ਲਾ ਤੈਨੂੰ ਮਿਲ ਜਾਣਾ ਪਰ ਮੇਰੇ ਦਿਮਾਗ 'ਚ ਉਹੀ ਵੀ ਨਹੀਂ ਨਹੀਂ ਮੈਂ ਖਰਾਬ ਹੋ ਰਹੀ ਆ ਕਿਉਂਕਿ ਸਾਡੇ ਆਪਸੀ ਵੀ ਉੱਥੇ ਘਰੇਲੂ ਬਹੁਤ ਜ਼ਿਆਦਾ ਝਗੜੇ ਰਹਿੰਦੇ ਸੀ ਓਕੇ ਉਹ ਫੈਮਲੀ ਨਾਲ ਮੇਰੇ ਤੇ ਇੱਕਦੋ ਸ਼ੁਰੂ ਹੋਏ ਇਹ ਆਈ ਥਿੰਕ ਉਹਨਾਂ ਨੇ ਮੈਨੂੰ 15 ਦੇ ਵਿੱਚ ਲਾਂਚ ਕਰਿਆ ਉਥੇ ਆਸਟ੍ਰੇਲੀਆ ਠੀਕ ਹੈ ਟੂਰ ਸੀਗਾ ਸਾਰੀ ਸ਼ਹਿਰਾਂ ਦੇ ਵਿੱਚ ਉਦੋਂ ਬਸ ਨਿੱਕੇ 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 ਲੜਾਈਆਂ ਵਾਧੀਆਂ ਜਿਵੇਂ ਘਰ ਚੁੰਦੀਆਂ ਨੇ ਉਹ ਵਾਧੀਆਂ ਗਿਆ ਤੇ ਮੈਨੂੰ ਸੀ ਵੀ ਚਲੋ ਮੈਂ ਚਲੀ ਜਾਨੀ ਇੱਕ ਸਪੇਸ ਮਿਲ ਜਾ ਤੇ ਮੇਰੇ ਮੈਨੂੰ ਇਹ ਵੀ ਪਤਾ ਸੀ ਮੈਂ ਵਾਪਸ ਨਹੀਂ ਆ ਸਕਦੀ ਮੇਰੇ ਕੋਲੇ 9 10 ਮਹੀਨੇ ਦਾ ਵੀਜ਼ਾ ਪਿਆ ਸੀ ਮੈਂ ਛੱਡ ਕੇ ਆ ਗਈ ਮੇਰੀ ਗਲਤੀ ਉਹ ਜਿੰਨਾ ਕੁ ਟਾਈਮ ਸੀ ਉਦੋਂ ਹਿੰਮਤ ਕਿੱਥੋਂ ਲੈ ਕੇ ਆਉਂਦੇ ਸੀ ਪਰਿਵਾਰ ਸਾਥ ਨਹੀਂ ਹੈ ਪਿਤਾ ਨੇ ਕਹਿੰਦਾ ਵੀ ਉੱਥੇ ਰਹਿ ਕੇ ਕੋਸ਼ਿਸ਼ ਕਰ ਲੈ ਹੂੰ ਉਹ ਮੁਸ਼ਕਿਲਾਂ ਬਾਦੀਆਂ ਜਾ ਰਹੀਆਂ ਸੀ ਪਰਿਵਾਰ ਮਿਲਿਆ ਉਹ ਵੀ ਕਿਤੇ ਨਾ ਕਿਤੇ ਐਂਟੀ ਹੋਣ ਲੱਗ ਗਿਆ ਸੋ ਉਹ ਸਮਾਂ ਕਿੱਦਾਂ ਕੱਢਿਆ ਤੁਸੀਂ ਸਲੀਨਾ ਮੇਰੇ ਜਦੋਂ ਬ੍ਰਦਰ ਦੀ ਡੈਥ ਹੋਈ ਨਾ ਮੈਂ ਰੋਈ ਜਾਂਦੀ ਹੁੰਦੀ ਸੀ ਵੀ ਮੈਂ ਕਿਉਂਕਿ ਉਹਨੂੰ ਮੈਂ ਪਾਲਿਆ ਸੀ ਮੇਰੇ ਮੰਮੀ ਡੈਡੀ ਨਾਲ ਹਨਾ ਉਹਨੂੰ ਫਿਟਸ ਪੈਂਦੇ ਸੀਗੇ ਤੇ ਜਦੋਂ ਉਹਨੂੰ ਫਿਟ ਪੈਣਾ ਤਾਂ ਉਹਦਾ ਧਿਆਨ ਰੱਖਣਾ ਪੈਂਦਾ ਸੀ ਵੀ ਇਹਦੀ ਕੋਈ ਹੱਡੀ ਨਾ ਟੁੱਟ ਜੇ ਤੇ ਉਹਨੂੰ ਰੋਟੀ ਖਵਾਉਣੀ ਤਾਂ ਉਹ ਵੀ ਚੂਰ ਕੇ ਆਪ ਖਵਾਉਣੀ ਹਨਾ ਤੇ ਮੇਰੇ ਯਾਦ ਆ ਉਹਦੇ ਇੱਕ ਵਾਰੀ ਆ ਜਿਵੇਂ ਆਪਾਂ ਕ੍ਰਾਸ ਲੈਗਸ ਕਰਕੇ ਸੁੱਤੇ ਪਏ ਹੁੰਨੇ ਆ ਓ ਇਦਾਂ ਸੁੱਤਾ ਪਿਆ ਤੇ ਉਹਨੂੰ ਕਿਤੇ ਦੌਰਾ ਪਿਆ ਹੋਣਾ ਤੇ ਉਹ ਖਿੱਚਿਆ ਗਿਆ ਖਿੱਚਣ ਕਰਕੇ ਉਹਦਾ ਪੱਟ ਨਿਕਲ ਗਿਆ ਮੇਰੇ ਡੈਡ ਦੇ ਹੱਥ 'ਚ ਸੀਗਾ ਮੈਂ ਅਸੀਂ ਖੁਦ ਵੇਖਿਆ ਨਾ ਮੈਂ ਮੇਰੇ ਮੰਮਾ ਸੀਗੇ ਪਾਪਾ ਅਸੀਂ ਮਤਲਬ ਉਹ ਦੇਖ ਰਿਆ ਵੀ ਹੁਣ ਅਸੀਂ ਕੀ ਕਰੀਏ ਇਹਨੂੰ ਆਪਸ਼ਨ ਨਹੀਂ ਡਾਕਟਰ ਕੋਲੇ ਲੈ ਕੇ ਗਏ ਗੁਲਜ਼ਾਰ ਮਲੇਰ ਕੋਟਲੇ ਤੋਂ ਨੇ ਉਹ ਕਹਿੰਦੇ ਜੇ ਮੈਂ ਇਹਦਾ ਆਪਰੇਸ਼ਨ ਕੀਤਾ ਤਾਂ ਇਹਨੂੰ ਕੁਝ ਹੋ ਜਾਣਾ ਕਿਉਂਕਿ ਇਹਨੂੰ ਪਹਿਣਾ ਹੀ ਆ ਫਿਰ ਆਪਾਂ ਦੌਰੇ ਨੂੰ ਰੋਕ ਹੀ ਨਹੀਂ ਸਕਦੇ ਜਿਹੜੀ ਚੀਜ਼ ਹੋਣੀ ਆ ਤੇ ਅਬਨਾਰਮਲ ਬਿਲਕੁਲ ਹੈ ਨਾ ਉਹ ਕਹਿੰਦਾ ਮੈਂ ਕਰਨਾ ਨਹੀਂ ਫਿਰ ਅਸੀਂ ਚੱਕ ਕੇ ਕਿਤੇ ਹੋਰ ਲੈ ਗਏ ਵੀ ਕੋਈ ਪਲਸਟਰ ਲਾ ਦੋ ਕੋਈ ਪਲਸਟਰ ਨਹੀਂ ਲਾ ਰਿਆ ਉਤੇ ਫਿਰ ਸਾਡੇ ਨਾਭੇ ਦੇ ਕੋਲ ਇੱਕ ਪਿੰਡ ਸੀਗਾ ਉਹਨਾਂ ਨੇ ਫੱਟੀਆਂ ਨਹੀਂ ਹੁੰਦੀਆਂ ਉਹਦੇ ਨਾਲ ਕਰਕੇ ਬੰਨ ਕੇ ਉਹਨੂੰ ਸਿੱਧਾ ਕੀਤਾ ਤੇ ਸਾਰਾ ਸਾਰਾ ਦਿਨ ਇੱਕ ਬੰਦੇ ਨੂੰ ਕੋਲ ਬਹਿਣਾ ਪੈਂਦਾ ਸੀ ਤੇ ਮੇਰਾ ਮੇਤੋ 15 ਸਾਲ ਛੋਟਾ ਬ੍ਰਦਰ ਆ ਹੁਣ ਉਹ 2010 ਦੇ ਵਿੱਚ ਚਾਂਸ ਲਿਆ ਡਾਕਟਰ ਕਹਿੰਦੇ ਸੀ ਵੀ ਜਿਹੜਾ ਤੁਹਾਡੇ ਬੱਚਾ ਹੋਊਗਾ ਮੰਮੀ ਡੈਡੀ ਨੂੰ ਵੀ ਉਹ ਸੇਮ ਹੀ ਹੋਣਾ ਤੁਸੀਂ ਜਿਹੜਾ ਮਰਜ਼ੀ ਕਰ ਲੋ ਨਾਰਮਲ ਹੋਊਗਾ ਪਰ ਉਹ ਪਤਾ ਨਹੀਂ ਰੱਬ ਦੀ ਦੇਣਾ ਵੀ ਉਹ 2010 ਚ ਆਇਆ ਉਹ ਬਿਲਕੁਲ ਸਹੀ ਆ ਤੇ ਉਹਨੇ ਵੀ ਪਤਾ ਨਹੀਂ ਉਹ ਉਹਨੂੰ ਸ਼ਾਇਦ ਸਮਝ ਆਈ ਨਹੀਂ ਹੈ ਨਾ ਵੀ ਜਦੋਂ ਉਹਦਾ ਉਹ ਹੋਇਆ ਤਾਂ ਉਹ ਨਾਲ ਪ੍ਰੋਪਰ ਬੈੰਦਾ ਸੀ ਛੋਟਾ ਜਿਹਾ ਸੀ ਨਾਲੇ ਲੋ ਮੈਂ ਵੀਰੇ ਨੂੰ ਫੜਦਾ ਹਨਾ ਉਹਨੇ ਫੜਨਾ ਇੱਕ ਬਾਹ ਮੈਂ ਫੜਦੀ ਲੱਤ ਪਾਪਾ ਨੇ ਉਹਦੀਆਂ ਫੱਟੀਆਂ ਖੋਲ ਕੇ ਉਹਦੀ ਪੱਟੀ ਨਵੀਂ ਕਰਨੀ ਫਿਰ ਉਹਦਾ ਐਨਾ ਇੱਕ ਹੱਡੀ ਬਾਹਰ ਰਹਿ ਗਈ ਸੀ ਫੇਰ ਵੀ ਅਸੀਂ ਅੰਡੇ ਖਵਾ ਖਵਾ ਕੇ ਉਹਨੂੰ ਸੂਪ ਪਲਾ ਪਲਾ ਕੇ ਬਹੁਤ ਖਸਾਹੀ ਕੀਤਾ ਪਰ ਅਸੀਂ ਮਤਲਬ ਤਿੰਨਾਂ ਨੇ ਹਾਰ ਨਹੀਂ ਸੀ ਮੰਨੀ ਵੀ ਨਹੀਂ ਵੀ ਆਉਂਦਾ ਉਹ ਵੀ ਐ ਕਈ ਕਈ ਲੋਕ ਪਤਾ ਕੀ ਕਰਦੇ ਉਹ ਉਹ ਬੱਚਿਆਂ ਨੂੰ ਨਾ ਉਹ ਛੱਡ ਆਉਂਦੇ ਨੇ ਛੱਤੋਂ ਨਹੀਂ ਬੜਦੇ ਪਰ ਸਾਨੂੰ ਇਹ ਲੱਗਦਾ ਵੀ ਜਿੰਨਾ ਚਿਰ ਉਹ ਸਾਡੇ ਘਰੇ ਸੀਗਾ ਆ ਸਾਡੇ ਇੱਕ ਬਰਕਤ ਸੀ ਹੂੰ ਜਦੋਂ ਦਾ ਉਹ ਗਿਆ ਉਹ ਸਾਰਾ ਖਰਾਬ ਹੋ ਗਿਆ ਉਹ ਜਿਹੜਾ ਯੋਨੀ ਹੁਣ ਸਾਡੇ ਚ ਹੁਣ ਅਸੀਂ ਚਾਰ ਜਣੇ ਆ ਮੈਂ ਮੰਮੀ ਡੈਡੀ ਤੇ ਮੇਰਾ ਬ੍ਰਦਰ ਅਜੋਟ ਜੀ ਸੋ ਸਲੀਨਾ ਤੁਸੀਂ ਬਹੁਤ ਬਰੇਵ ਹੋ ਹੈਨਾ ਯੂ ਆਰ ਵੈਰੀ ਸਟਰੋਂਗ ਤੇ ਇਸ ਲਈ ਡੈਡ ਨੂੰ ਵੀ ਪਤਾ ਸੀਗਾ ਕਿ ਤੁਸੀਂ ਸਰਵਾਈਵ ਕਰ ਸਕਦੇ ਹੋ ਬਿਲਕੁਲ ਫਿਰ ਜਦੋਂ ਛੱਡ ਛੱਡਾ ਕੇ ਇੰਡੀਆ ਆਏ ਹੋ ਐਕਚੁਅਲ ਸਟਰਗਲ ਤੇ ਤੁਹਾਡਾ ਉਦੋਂ ਸ਼ੁਰੂ ਹੋਇਆ 8 ਸਾਲ ਹੋ ਗਏ ਨੇ ਤੁਹਾਨੂੰ ਇੱਕ ਫਾਈਟ ਕਰਦੇ ਆ ਐਗਰੀਮੈਂਟ ਵਾਲੀ ਇੱਕ ਸਟਰਗਲ ਕਰਦੇ ਆ ਕੰਮ ਨਹੀਂ ਮਿਲ ਰਿਹਾ ਇੰਡਸਟਰੀ ਬਾਹਰ ਨਹੀਂ ਫੜਾ ਰਹੀ ਉਤੋਂ ਉਤੋਂ ਕਹਿ ਦਿੰਦੇ ਨੇ ਠੀਕ ਹੈ ਭੈਣੇ ਓਕੇ ਡਨ ਹੈ ਨਾ ਉਸ ਤੋਂ ਬਾਅਦ ਕੁਝ ਵੀ ਨਹੀਂ ਮੈਂ ਬੇ ਜ਼ਰੂਰ ਜਾਣਨਾ ਚਾਹਾਂਗੀ ਵੀ ਕਿਸ ਤਰ੍ਹਾਂ ਇਹ ਪ੍ਰੋਸੈਸ ਪੂਰੀ ਜਰਨੀ ਜਿਹੜੀ ਹੈ ਆ ਮੈਨ ਇੰਨੀ ਇੰਨੀ ਜ਼ਿਆਦਾ ਹੈਵੀ ਇੰਨੀ ਡਿਫਿਕਲਟ ਜਰਨੀ ਤੁਹਾਡੀ ਲਾਈਫ ਦੀ ਆਟ ਸੈਲ ਸਪੈਸ਼ਲੀ ਪਹਿਲਾਂ ਤਾਂ 5 6 ਸਾਲ ਮਿਲਦਾ ਮੈਂ 15 ਤੋਂ ਆ 2 ਸਾਲ ਪਹਿਲਾਂ ਤੱਕ ਮੈਂ ਘਰੇ ਸੀ हां ਮੈਨੂੰ ਤਾਂ ਲੱਗਦਾ ਤੁਸੀਂ ਪਹਿਲੇ ਬ੍ਰਦਰ ਵਾਲੇ ਡਿਪਰੈਸ਼ਨ ਤੋਂ ਹੀ ਬਾਹਰ ਆਇਆ ਪਾਓ ਉਹ ਮੇਰਾ 1.5-2 ਸਾਲ ਰਿਹਾ ਕਿਉਂਕਿ ਘਰ ਦੇ ਵਿੱਚ ਲੱਗਣਾ ਮੈਂ ਬੈਠੇ ਰਹਿਣਾ ਵੀ ਮੇਰਾ ਕੰਮ ਵੀ ਛੁੱਟ ਗਿਆ ਡਾਕਟਰਸ ਨੇ ਕਹਿਣਾ ਵੀ ਤੁਸੀਂ ਇਹਨੂੰ ਕੁਝ ਨਹੀਂ ਕਹਿਣਾ ਜੇ ਬੈਠਿਆ ਤਾਂ ਤੁਸੀਂ ਡਿਸਟਰਬ ਵੀ ਨਹੀਂ ਕਰਨਾ ਵੀ ਕੁਝ ਨਹੀਂ ਹੁੰਦਾ ਮੈਂ ਸਾਰੇ ਸਾਰੇ ਰਾਤ ਬੈਠੇ ਰਹਿਣਾ ਮੇਰੇ ਆ ਬੈੱਡ ਹੁੰਦਾ ਸੀ ਮਮਾ ਨਾਲ ਦਾ ਆਏ ਮੇਰਾ ਮਨ ਜਾਂਦਾ ਸੀ ਉਹਨਾਂ ਨੇ ਮੈਨੂੰ ਦੇਖੀ ਜਾਣਾ ਤੇ ਕਿਸੇ ਦਾ ਫੋਨ ਆਉਣਾ ਉਹਨਾਂ ਨੇ ਚੱਕਣਾ ਉਹ ਸ਼ੁਰੂ ਦਾ 1.5 ਸਾਲ ਤੇ ਮੇਰਾ ਜੀਨੀ ਸੀ ਕਰਦਾ ਕਿਸੇ ਨਾਲ ਗੱਲ ਕਰਨ ਨੂੰ ਬਾਹਰ ਨਿਕਲਣ ਨੂੰ ਜੀ ਤੇ ਮੇਰਾ ਬ੍ਰਦਰ ਛੋਟਾ ਸੀਗਾ ਸ਼ਾਇਦ ਸਾਡਾ ਏਜ ਫੈਕਟਰ ਬਹੁਤ ਜ਼ਿਆਦਾ ਰਾਈਟ ਉਹ ਉਹਨੂੰ ਹੁੰਦਾ ਵੀ ਮੇਰੇ ਨਾਲ ਖੇਡੋ ਉਹਨੂੰ ਹੁਣ ਵੀ ਹੁੰਦਾ ਉਹ ਉਹ ਹਲੇ ਵੀ ਸਿਰਫ 11 ਸਾਲ ਦਾ ਹਲੇ ਹੁਣ 11 12 ਦਾ ਉਹ 7ਵੀਂ ਚਾ ਉਹ ਹੁਣ ਮੰਮੀ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਮੈਨੂੰ ਕੋਈ ਬੱਚੇ ਬੇਬੀ ਲਿਆ ਕੇ ਦੋ ਕਾਕਾ ਦੋ ਮੈਂ ਖੇਡਣਾ ਹਨਾ ਵੀ ਮੈਂ ਇਕੱਲਾ ਬੋਰ ਹਾਂ ਦੀਦੀ ਉੱਥੇ ਆ ਮੈਂ 5 ਸਾਲ ਮੇਰਾ ਐਗਰੀਮੈਂਟ ਦਾ ਕੇਸ ਵੀ ਚੱਲਿਆ ਉਹ ਮੁਸਿਕਾਰ ਹੁੰਦੇ ਸੀ ਆਪਣੇ ਕਰੇ ਜੀ ਮੈਂ ਤੇ ਮੇਰੇ ਪਾਪਾ ਨੇ ਬਰਨਾਲੇ ਕਚੈਰੀਆਂ 'ਚ ਵੀ ਜਾਣਾ ਐਂਡ ਤੇ ਜਦੋਂ ਕੇਸ ਖਤਮ ਹੋਣਾ ਸੀ ਹਨਾ ਸਾਡਾ ਲਾਕਡਾਊਨ ਵੇਲੇ ਉਹ ਤੋਂ ਪਹਿਲਾਂ ਮੇਰੀ ਜੱਜਮੈਂਟ ਆਉਣੀ ਆ ਤੇ ਮੈਨੂੰ ਯਾਦ ਆ ਮੈਨੂੰ 15 ਦਿਨ ਵਕੀਲ ਨੇ ਇੰਨਾ ਕੁ ਖੱਜਲ ਕੀਤਾ ਨਾ ਮੈਂ ਹਾਰ ਕੇ ਬਹੁਤ ਉੱਚੀ ਉੱਚੀ ਰੋ ਪਈ ਸੀ ਉੱਥੇ ਕਿਉਂਕਿ ਜੱਜ ਸਾਹਿਬ ਨੂੰ ਵੀ ਦਿਖ ਰਿਹਾ ਸੀ ਵੀ ਇਹ ਉਹੀ ਕੁਐਸਚਨ ਰਿਪੀਟ ਉਹੀ ਪੁੱਛ ਰਹੇ ਨੇ ਹਨਾ ਫਿਰ ਉਹਨਾਂ ਨੇ ਲਾਸਟ ਜਿਹੜੇ ਉੱਥੇ ਖੜਾ ਕੇ ਕਹਿੰਦੇ ਮੇਰੇ ਸਾਹਮਣੇ ਪੁੱਛੋ ਕਿਹੜੇ ਸਵਾਲ ਨੇ ਕਹਿੰਦੇ ਉਹ ਕੁੜੀ ਨੂੰ 15 ਦਿਨ ਹੋ ਗਏ ਇੱਥੇ ਆਉਂਦੇ ਨੂੰ ਤੇ ਤੁਸੀਂ ਖੱਜਲ ਕਰ ਰਹੇ ਹੋ ਮੈਨੂੰ ਇਹ ਸੀ ਸ਼ਾਇਦ ਮੇਰੇ ਪੱਖ ਚ ਹੋ ਜੂਗਾ ਵੀ ਇੱਕ ਤਾਂ ਲੇਡੀ ਜੱਜ ਨੇ ਅੱਗੇ ਤੇ ਵੀ ਮੈਂ ਹੁਣ ਗਾ ਲੂੰਗੀ ਹਨਾ ਮੇਰੇ 2-3 ਸਾਲ ਰਹਿੰਦੇ ਸੀ ਹਲੇ ਐਗਰੀਮੈਂਟ ਖਤਮ ਹੋਣ ਨੂੰ ਅਸੀਂ ਮੈਨੂੰ ਤਰੀਕ ਦਿੱਤੀ ਜਾਂਦੀ ਆ ਤੂੰ ਆ ਜਾਈ ਅਸੀਂ ਬੜੇ ਖੁਸ਼ ਵੀ ਹਾਂ ਮੇਰੇ ਪੱਖ ਚ ਹੀ ਹੋਣਾ ਵੀ ਜਦੋਂ ਸਾਹਮਣੇ ਉਹਨਾਂ ਦੇ ਗੱਲਾਂ ਹੋਈਆਂ ਨੇ ਵੀ ਮੈਂ ਇੱਕ ਛੋਟੀ ਸੀਗੀ ਪਰ ਏਜ ਮੇਰੀ ਲੀਗਲ ਸੀ ਜਦੋਂ ਮੈਂ ਸਾਈਨ ਕੀਤੇ ਆ ਉਹ ਨਹੀਂ ਉਹ ਚੀਜ਼ ਨੂੰ ਮੁਕਰਾ ਸਕਦੇ ਸਾਈਨ ਕਿਵੇਂ ਕਰਦੇ ਤੁਸੀਂ ਕਿਉਂਕਿ ਮੈਂ ਮੇਰੇ ਸਵਾਲ ਪੁੱਛਣ ਦੀ ਵਜ੍ਹਾ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਪਿੰਪੁਆਇੰਟ ਕਰ ਰਹੀ ਆ ਸਾਡਾ ਸਮਾਜ ਇਹੋ ਜਿਹਾ ਹੈ ਚੰਗੀ ਭਲੀ ਸੀ ਗਾਣੇ ਗਾਉਣ ਦਾ ਪਤਾ ਹੈ ਹਰੀਲਾ ਬਣਾ ਕੇ ਪਾਉਣ ਦਾ ਪਤਾ ਹੈ ਤੇ ਇਹਨੂੰ ਇਹ ਨਹੀਂ ਪਤਾ ਵੀ ਸਾਈਨ ਕਰਨ ਤੋਂ ਪਹਿਲੇ ਪੜ੍ਹਨਾ ਐ ਇਹ ਵੀ ਨਾ ਹੁੰਦਾ ਰਿਹਾ ਹਰ ਇੱਕ ਹਰ ਇੱਕ ਬੰਦਾ ਇਹ ਕੁਐਸਚਨ ਤੋ ਕਰੇ ਪੇਪਰ ਨਹੀਂ ਪੜ੍ਹੇ ਹਾਂ ਦੁਬਾਰ ਨਹੀਂ ਆ ਦੁਬਾਰ ਗਈ ਆ ਆਸਟ੍ਰੇਲੀਆ ਤੋ ਅਨਪੜਾ ਤੇ ਉਹ ਤੈਨੂੰ ਅੰਗਰੇਜ਼ੀ ਆਉਂਦੀ ਆ ਤੂੰ ਉਹ ਕਿਵੇਂ ਨਹੀਂ ਦੇਖਿਆ ਮੈਂ ਕੀ ਸਾਈਨ ਕਰਨਾ ਉਹ ਸਨ ਮੈਨੂੰ ٹرسٹ ਇੰਨਾ ਸੀਗਾ ਵੀ ਜਦੋਂ ਇੱਕ ਫੈਮਿਲੀ ਚ ਤੁਸੀਂ ਢਾਈ ਤਿੰਨ ਸਾਲ ਰਹੇ ਹੋ ਤੇ ਮੈਨੂੰ ਕਿਹਾ ਜਾ ਰਿਹਾ ਵੀ ਫਟਾਫਟ ਸਾਈਨ ਕਰ ਦੇ ਆਪਾਂ ਗਾਣੇ ਦੇ ਰਾਈਟਸ ਦੇਣੇ ਆ ਮੈਂ ਕਿਹਾ ਠੀਕ ਆ ਬਾਜੀ ਮੈਂ ਫੋੜਾ ਫਟ ਸਾਈਨ ਕਰਤਾ ਅੱਛਾ ਇੱਕ ਛਿਟਪਿਟ ਹੋਣ ਤੋਂ ਪਹਿਲਾਂ ਐਗਰੀਮੈਂਟ ਸਾਈਨ ਹੋਇਆ ਜਾਂ ਬਾਅਦ ਵਿੱਚ ਇਹ ਪਹਿਲਾਂ ਹੀ ਐਗਰੀਮੈਂਟ ਸਾਈਨ ਹੋਇਆ ਹੋਇਆ ਜਦੋਂ ਮੇਰਾ ਸਹਾਵਾ ਵਰਗਾ ਕਾਣਾ ਆਇਆ। ਕੋਟਨੀ ਹੁੰਦੀ ਸੀ ਤੁਹਾਨੂੰ ਕਿ ਮੈਂ ਐਗਰੀਮੈਂਟ ਵੀ ਸਾਈਨ ਕਰਤਾ। ਉਹ ਉਹ ਉਦੋਂ ਮੈਂ ਨਿਕਲ ਨਹੀਂ ਸਕਦੀ। ਫਿਰ ਹਾਰ ਕੇ ਜਦੋਂ ਹੁਣ ਜੱਜਮੈਂਟ ਆਈ ਤਾਂ ਉਹ ਵੀ ਬਦਲ ਗਈ। ਉਹ ਕਹਿੰਦੇ ਨੇ ਆਪ ਸਾਈਨ ਕੀਤੇ ਆ ਜਿਹੜੇ ਕੁੜੀ ਦੇ 2 ਸਾਲ ਰਹਿ ਗਏ ਉਹਨਾਂ ਨਾਲ ਕੰਮ ਕਰੂਗੀ ਤੇ 2 ਸਾਲ ਬਾਅਦ ਇਹ ਫ੍ਰੀ ਆ। ਉਹਨਾਂ ਨਾਲ ਕਿਹਨਾਂ ਨਾਲ ਜਿਹੜੇ ਕਹਿੰਦੇ ਸੀ ਵੀ ਰੋਟੀ ਤੇ ਸਾਹ ਵੀ ਸਾਡੀ ਮਰਜ਼ੀ ਨਾਲ ਤੇ ਮੈਂ ਬਹੁਤ ਜ਼ਿਆਦਾ ਰੋਈ ਆ ਉਦੋਂ। ਉੱਥੇ ਅਸੀਂ ਖੜੇ ਸੀ ਹਨਾ ਕੋਡ ਦੇ ਵਿੱਚ ਮੈਂ ਕਿਹਾ ਵੀ ਨਹੀਂ ਵੀ ਜਿਹੜੇ ਬੰਦੇ ਮੈਂ ਦੇਖਣਾ ਪਸੰਦ ਨਹੀਂ ਕਰਦੀ ਤੁਸੀਂ ਮੈਨੂੰ ਕੰਮ کہہ ਰਹੇ ਹੋ ਪਰ ਉਹ ਹੁਣ ਬਦਲ ਹੀ ਨਹੀਂ ਸਕਦੇ ਉਹਨਾਂ ਨੇ ਆਪ ਦੀ ਜਜਮੈਂਟ ਦਿੱਤੀ ਉਹ ਚਲੇ ਗਏ ਉਹਦਾ ਲਾਕਡਾਊਨ ਲੱਗ ਗਿਆ ਓਕੇ ਵਿੱਚ ਰਹਿ ਗਿਆ ਸਾਰਾ ਉਹਨਾਂ ਨੇ ਫੇਰ ਨਹੀਂ ਕੰਮ ਕੀਤਾ ਮੈਂ ਗਾਣੇ ਮੇਰੇ ਕੋਲ ਪਏ ਨੇ ਸਕਰੀਨਸ਼ਾਟ ਮੈਂ ਗਾਣੇ ਬਣਾਵਣਾ ਭੇਜੇ ਨੇ ਫੇਰ ਇਹ ਵੀ ਵਿੱਚ ਦੀ ਡੀਲ ਹੋ ਗਈ ਵੀ ਆਪਾਂ ਨਵਾਂ ਐਗਰੀਮੈਂਟ ਕਰ ਲੈਨੇ ਆ ਜਿਹੜੇ 2 ਸਾਲ ਰਹਿ ਗਏ ਉਹ ਕਹਿੰਦੇ ਸੀ ਦੋ ਦਾ ਨਹੀਂ ਕਰਨਾ ਅਸੀਂ ਵਧ ਕਰਾਂਗੇ ਹੂੰ ਤੇ ਉਹ ਉਹਦੇ ਕੋਸ਼ਕ ਪੁਆਇੰਟਸ ਤੇ ਜਾ ਕੇ ਆਪਸੀ ਸਹਿਮਤੀ ਨਹੀਂ ਹੋਈ ਵਿਚ ਰਹਿ ਗਿਆ ਮੈਂ ਫੇਰ ਗਾਣੇ ਭੇਜੇ ਵੀ ਆ ਕਰ ਦੋ ਕਰ ਦੋ ਇੱਕ ਕਵਰ Song ਕੀਤਾ ਮੁੜ ਕੇ ਫੇਰ ਨਹੀਂ ਕੋਸ਼ਿਸ਼ ਕੀਤਾ ਹਾਰ ਕੇ ਮੈਂ ਮੇਰੇ ਘਰੋਂ ਹੀ ਮੂਵ ਹੋਣ ਦਾ ਉਹ ਬਣਾ ਲਿਆ ਮੈਂ ਕਿਹਾ ਵੀ ਨਹੀਂ ਮੈਂ ਉੱਥੇ ਜਾਨੀ ਆ ਮਹਾੜੀ ਵੀ ਮੈਂ ਆਪਦੇ ਸਿਰ ਤੇ ਆਪਦੇ ਪੈਰਾਂ ਤੇ ਖੜੀ ਹੋ ਕੇ ਮੈਂ ਆਪ ਕਰਨਾ ਸਾਰਾ ਮੇਰੇ ਡੈਡ ਨਹੀਂ ਸੀ ਐਗਰੀ ਜੀ ਉਹ ਕਹਿੰਦੇ ਵੀ ਨਹੀਂ ਵੀ ਜਦੋਂ ਘਰੇ ਤੈਨੂੰ ਸਾਰਾ ਕੁਝ ਮਿਲ ਰਿਹਾ ਡੈਡ ਮੇਰੇ ਹੈਡਮਾਸਟਰ ਨੇ ਗਵਰਨਮੈਂਟ ਟੀਚਰ ਨੇ ਮੰਮੀ ਦਾ ਬੁਟੀਕ ਆ ਤੇ ਸਾਰਾ ਕੁਝ ਵੈਲ ਸੈਟਲਡ ਆ ਵੀ ਘਰੇ ਬੈਠ ਕਹਿੰਦੇ ਤੈਨੂੰ ਉੱਠਦੀ ਨੂੰ ਰੋਟੀ ਮਿਲਦੀ ਆ ਤੂੰ ਜੋ ਮਰਜ਼ੀ ਕਰ ਤੈਨੂੰ ਕਦੇ ਰੋਕਿਆ ਨਹੀਂ ਪਰ ਉਹ ਇੱਕ ਖਰਚ ਨਾ ਘਟਣ ਜਿਵੇਂ ਵੀ ਨਹੀਂ ਕੋਈ ਫਰੈਂਡ ਨਹੀਂ ਕਿਤੇ ਆਉਣਾ ਜਾਣਾ ਨਹੀਂ ਕਲਾਕਾਰ ਤਾਂ ਵੈਸੇ ਆਜ਼ਾਦੀ ਮੰਗਦਾ ਆਜ਼ਾਦੀ ਤੇ ਮੈਨੂੰ ਵੀ ਨਹੀਂ ਮੈਂ ਆਪ ਜਾਣਾ ਵੀ ਜਦੋਂ ਮੈਂ 18 ਦੀ ਹੋਈ ਆ ਉਦੋਂ ਮੇਰੇ ਕੋਲ ਮੈਂ ਆਪ ਕਰਕੇ ਆਈ ਆ ਮੈਂ ਸਫਾਈ ਤੱਕ ਵੀ ਕੀਤੀ ਆ ਮੈਂ ਆਪ ਰੋਟੀ ਵੀ ਬਣਾਈ ਆ ਮੈਂ ਬਹੁਤ ਲੜ-ਲੁੜ ਕੇ ੱੱਕੇ ਨਾਲ ਮੈਂ ਇੱਥੇ ਮੂਵ ਹੋ ਗਈ। ਉਹ ਕਦੇ ਵੀ ਐਗਰੀ ਨਹੀਂ ਸੀ। ਹੁਣ ਵੀ ਨਹੀਂ ਹੈਗੇ ਵੀ ਤੂੰ ਇੱਥੇ ਰਹਿਣੀ ਆ। ਪਰ ਮੈਨੂੰ ਆ ਵੀ ਨਹੀਂ ਮੈਂ ਆਪੇ ਇੱਕ ਕਮਾਈ ਕਰਨੀ ਆ ਆਪੇ ਕਰਨਾ। ਹੁਣ ਆ 2 ਸਾਲ ਚ ਮੈਂ ਕੀ ਕਰਿਆ? ਕੁਝ ਕੁ ਬੰਦੇ ਤੇ ਮੈਂ ਟਰਸਟ ਕੀਤਾ। ਉਹਨਾਂ ਨੇ ਬਹੁਤ ਵੱਡੇ ਲੈਵਲ ਤੇ ਤੋੜਿਆ। ਪਹਿਲਾਂ ਸਾਂਭ ਲਿਆ, ਵਰਤ ਕੇ ਛੱਡਤਾ। ਫਿਰ ਮੈਂ ਇਕੱਲੀ ਰਹਿਣ ਲੱਗ ਗਈ ਬਿਲਕੁਲ ਆਪਣੀ ਹੀ ਇੰਡਸਟਰੀ ਦੇ ਆਪਣੀ ਇੰਡਸਟਰੀ ਦੇ। ਅੱਛਾ ਭਾਈਚਾਰੇ ਦੇ ਬੰਦੇ। ਮੈਂ ਫਿਰ ਇਕੱਲੀ ਰਹਿਣ ਲੱਗ ਗਈ। ਤੇ ਮੈਂ ਹੁਣ ਰੀਲਾਂ ਦਾ ਕੰਮ ਕਰਨ ਲੱਗ ਗਈ। ਵੀ ਮੈਨੂੰ ਰੀਲਾਂ ਪੇਜ ਦਿਆ ਕਰੋ ਕਿਉਂਕਿ ਮੈਂ ਰੈਂਟ ਪੇ ਕਰਨਾ ਮੈਂ ਬਿਜਲੀ ਦਾ ਬਿੱਲ ਵੀ ਪੇ ਕਰਨਾ ਮੈਂ ਆਪਦਾ ਕੁਝ ਖਾਣਾ ਵੀ ਆ ਤੇ ਜਿੱਦਾਂ ਦਾ ਮੇਰਾ ਔਦਾ ਮੈਂ ਉਹਦਾਂ ਦੇ ਕੱਪੜੇ ਵੀ ਪਾਉਣੇ ਆ ਮੈਨੂੰ ਸੂਟਾਂ ਤੋਂ ਇਹ ਸਰ ਜਾਂਦਾ ਵੀ ਮੇਰੇ ਮੰਮੀ ਭੇਜ ਦਿੰਦੇ ਨੇ ਤੇ ਹੁਣ ਪਹਿਲਾਂ ਅੱਗੇ ਮੈਂ ਕੋਲਾਪਸ ਕਰਦੀ ਸੀ ਫ੍ਰੀ ਹੁਣ ਹੁੰਦਾ ਵੀ ਨਹੀਂ ਵੀ ਹੁਣ ਇੱਕ ਤੁਹਾਡੇ ਕੋਲੇ ਇੱਕ ਇੰਸਟਾਗ੍ਰam ਹੈ ਤੁਹਾਡੇ ਵਧੀਆ ਫਾਲੋਅਰਸ ਨੇ ਹਨਾ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਲੋਕ ਇਹਨਾਂ ਚੀਜ਼ਾਂ ਦੇ ਪੈਸੇ ਲੈਂਦੇ ਨੇ ਕਿਸੇ ਨੂੰ ਸ਼ਾਊਟ ਆਊਟ ਦੇਣਾ ਅੱਛਾ ਤੁਸੀਂ ਪਹਿਲਾ ਵਾਕਿਆ ਮੈਂ ਕਦੇ ਵੀ ਨਹੀਂ ਮੈਂ ਐਦਾਂ ਹੀ ਕਿਸੇ ਨਾਲ ਕੋਲਾਬ ਕਰ ਲੈਣੀ ਫੋਟੋ ਪਾ ਦੇਣੀ ਉਹਨਾਂ ਦੀ ਤੇ ਕਿਸੇ ਸਟੋਰ ਤੇ ਗਿਆ ਉਹਨਾਂ ਦੀ ਫੋਟੋ ਪਾ ਦੇਣੀ ਵੀ ਹਾਂ ਠੀਕ ਆ ਕਿਸੇ ਨੇ ਸ਼ਾਊਟ ਆਊਟ ਕਿਹਾ ਤੁਸੀਂ ਮੈਨੂੰ ਕਹੋ ਮੇਰੀ ਫੋਟੋ ਪਾ ਕੇ ਮੈਨੂੰ ਲਿਖ ਦੇ ਐਡ ਕਰੋ ਮੈਂ ਕਰ ਦੇਣਾ ਬਿਕੋ ਚੱਕਰ ਨਹੀਂ ਹੁਣ ਜਾ ਕੇ ਅਕਲ ਆਈ ਆ ਵੀ ਨਹੀਂ ਹਰ ਇੱਕ ਸਟੋਰੀ ਦੇ ਲੋਕ ਪੈਸੇ ਲੈਂਦੇ ਨੇ ਮੈਂ ਉਹ ਲੈਣੇ ਸ਼ੁਰੂ ਕੀਤੇ ਨੇ ਪਰ ਹੁਣ ਕੀ ਹੁੰਦਾ ਵੀ ਉਹ ਇਕੱਠੇ ਹੋ ਗਏ ਖਰਚੇ ਇੰਨੇ ਜ਼ਿਆਦਾ ਨੇ ਵੀ ਉਹ ਖਤਮ ਹੋ ਜਾਂਦੇ ਨੇ ਹੂੰ ਪੈਸੇ ਕੀ ਮਤਲਬ ਤੁਹਾਡੇ ਕਿੰਨੇ ਟਾਈਮ ਤੋਂ ਤੁਸੀਂ ਆਪਣਾ ਇੱਥੇ ਆਪਣਾ ਖਰਚਾ ਸਿਰਫ ਤੁਸੀਂ ਰੀਲਸ ਦੇ ਜਿਹੜੀ ਇਨਕਮ ਹੋ ਰਹੀ ਹੈ ਉਹਦੇ ਤੇ ਕਰ ਰਹੇ ਹੋ ਕਿਉਂਕਿ ਸ਼ੋਜ਼ ਵੀ ਤੁਹਾਨੂੰ ਕੋਈ ਬਹੁਤ ਖਾਸ ਤੇ ਨਹੀਂ ਕੰਮ ਆਇਆ 2.5 ਸਾਲ ਆਈ ਥਿੰਕ ਹੋ ਗਏ ਮੈਂ ਉਹਦੇ ਸਿਰ ਤੇ ਹੀ ਆਪਦਾ ਸਾਰਾ ਮਤਲਬ ਖਰਚਾ ਕਰੀ ਜੰਨੀ ਆ ਤੁਹਾਨੂੰ ਲੱਗਦਾ ਹੈ ਕਿ ਪੈਸਾ ਤੇ ਪਾਵਰ ਅੱਜ ਦੇ ਟਾਈਮ ਦੇ ਵਿੱਚ ਲਿੰਕਸ ਆ ਅੱਜ ਦੇ ਟਾਈਮ ਦੇ ਵਿੱਚ ਬੜਾ ਇੰਪੋਰਟੈਂਟ ਆ ਕਿਉਂਕਿ 8 ਸਾਲ ਤੁਹਾਡਾ ਕੇਸ ਤੁਸੀਂ ਕੱਲੇ ਖੱਜਲ ਖਵਾਰੀ ਜਿਹੜੀ ਝੱਲੀ ਐ ਬਹੁਤ ਜ਼ਿਆਦੇ ਪੈਸਾ ਹੁਣ ਜਿਵੇਂ ਜਦੋਂ ਖਤਮ ਹੋ ਜਾਂਦਾ ਨਾ ਹੁਣ ਵੀ ਜਿਵੇਂ ਅਕਾਊਂਟ 'ਚ ਹੈ ਨਹੀਂ ਤਾਂ ਹੁਣ ਆਇਆ ਹੋਇਆ ਪਿਆ ਵੀ ਕੀ ਤੋਂ ਕਿਹੜੇ ਰੀਲ ਵਾਲੇ ਤੋਂ ਲੈਣੇ ਆ ਜਾਂ ਕਿਹਦਾ ਰਹਿੰਦਾ ਹਨਾ ਕਈ ਵਾਰ ਮੈਂ ਭੁੱਲ ਜਾਂਦੀ ਆ ਤੇ ਲਿੰਕਸ ਜਿਨ੍ਹਾਂ ਨਾਲ ਕਦੇ ਮੈਂ 8-8 ਸਾਲ 7 ਸਾਲ ਦੇ ਮੇਰੇ ਲਿੰਕ ਵੀ ਨੇ ਉਹ ਵੀ ਨਹੀਂ ਮੇਰਾ ਗਾਣਾ ਕਰਦੇ ਕਰਦੇ ਆ ਕਰਦੇ ਆ ਬਸ ਆ ਹੋ ਜੇ ਆਪਾਂ ਕਰਦੇ ਆ ਹੁਣ ਕਿਸੇ ਦੇ ਮਤਲਬ ਕਿਸੇ ਦੇ ਰਾਈ ਮੈਂ ਅੱਗੇ ਗੱਲ ਕੀਤੀ ਜਦੋਂ ਪਰਸੋ ਚੌਥੇ ਨਾ ਤਾਂ ਹੁਣ ਇਹ ਸਾਨੂੰ ਪ੍ਰੋਬਲਮ ਆ ਰਹੀ ਆ ਅਗਲਾ ਕਹਿੰਦਾ ਵੀ ਇਹ ਕਿਹੜਾ ਫਰੈਸ਼ ਫੇਸ ਆ ਇਹਦੇ ਤੇ ਦੁਬਾਰਾ ਗਾਣਾ ਕਰਨਾ ਪਤਾ ਨਹੀਂ ਚੱਲੂ ਕਿ ਨਹੀਂ ਤੇ ਅਸੀਂ ਐ ਨਹੀਂ ਬਜਟ ਦੇ ਸਕਦੇ ਜੇ ਨਾ ਗਾਣਾ ਚੱਲਿਆ ਫਿਰ ਸਾਡੇ ਪੈਸੇ ਖਰਾਬ ਨੇ ਤੇ ਜੇ ਅਸੀਂ ਕਰਾਂਗੇ ਤਾਂ ਅਸੀਂ ਫਿਰ ਸਾਈਨ ਕਰ ਲਾਂਗੇ ਸਾਈਨ ਹੋਣਾ ਮਤਲਬ ਉਹੀ 5 7 ਸਾਲ ਹੀ ਫਿਰ ਬੰਨੇ ਜਾਣਾ ਤੇ ਹੁਣ ਉਮਰ ਵੀ ਮਤਲਬ 26 ਸਾਈ ਸਾਈ ਦੀ ਹੋ ਜਾਣਾ ਹੁਣ ਮੈਂ ਹੁਣ ਮੈਂ ਸਾਈਨ ਹੋਊਂਗੀ ਮਤਲਬ ਮੇਰੀ 30 32 ਤੱਕ ਵੀ ਸਾਈਨ ਰਹਿਣਾ ਹਮ ਰਾਈਟ ਮੈਂ ਹਲੇ ਵੀ ਨਹੀਂ ਛੱਡ ਰਹੀ ਮੈਨੂੰ ਇਹ ਵੀ ਨਹੀਂ ਕਰਦਿਆਂ ਕਰਦਿਆਂ ਹਨਾ ਆਪਦਾ ਚੈਨਲ ਆ ਉਹ ਵੀ ਕੋਈ ਬਾਲਾ ਚੱਲਦਾ ਨਹੀਂ ਠਾਸ ਉਹਦੇ 2 3000 ਫੋਲੋਅਰ ਨੇ ਉਹਤੇ ਵੀ ਲੱਗੇ ਪਿਆ ਜੋਰ ਲਾਉਣ ਪਰ ਐਡ ਜੋਗੇ ਪੈਸੇ ਨਹੀਂ ਹੈਗੇ ਵੀ ਐਡ ਲਾ ਦੀਏ ਨਾਰੀਲਾਂ ਦੀ ਐਡ ਲਾ ਸਕਦੇ ਆ ਜੀ ਸੋ ਹੰਸਲੀਨਾ ਜਦੋਂ ਰਾਤਾਂ ਨੂੰ ਬੈਂਦੀ ਹੈ ਕਿਉਂਕਿ ਤੁਸੀਂ ਹੁਣ ਵੀ ਦੱਸ ਕੇ ਅੱਡੇ ਕੋ ਤੁਸੀਂ ਲਾਸਟ 2 3 ਡੇਸ ਤੋਂ ਸੁੱਤੇ ਤੱਕ ਨਹੀਂ ਹੋ ਇਸੇ ਟੈਨਸ਼ਨ ਤੇ ਚੱਲਦੇ ਆ ਹਨਾ ਸੋ ਇਹ ਡਿਪਰੈਸ਼ਨ ਨੇ ਟੈਨਸ਼ਨ ਕਿਵੇਂ ਹੈਂਡਲ ਕਰ ਰਹੇ ਕੀ ਸੋਚਿਆ ਹੁਣ ਅੱਗੇ ਕਿਵੇਂ ਪ੍ਰੋਸੈਸ ਕਰਨਾ ਹੈ ਲਾਈਫ ਦਾ ਮੈਂ ਇਹ ਚ ਕੋਈ ਦੌਰ ਆ ਰਹੀ ਰਹੀ ਹੈ ਕਿ ਟਾਈਮ ਕਦੇ ਵੀ ਨਹੀਂ ਰੁਕਦਾ ਇੱਕ ਅੱਛਾ ਫੇਸ ਵੀ ਸੀ ਜਦੋਂ ਇੰਜੋਏ ਕਰਨਾ ਸਟਾਰਟ ਕੀਤਾ ਸੀ ਸਾਡਨਲੀ ਆ ਸਭ ਕੁਝ ਹੋ ਗਿਆ दैट ਫੇਸ ਤੋਂ ਬਾਅਦ ਗੁੱਡ ਆਬਵੀਅਸਲੀ ਆਏਗਾ ਹੀ ਆਏਗਾ ਲੇਕਿਨ ਇਸ ਦੌਰ ਨੂੰ ਹੰਡਾ ਕਿੱਦਾਂ ਰਹੀਓ ਤੇ ਕੀ ਸੋਚ ਰਿਓ ਵੀ ਕਿੱਦਾਂ ਅੱਗੇ ਕਿਵੇਂ ਕਰਨਾ ਹੈ ਹੁਣ ਵੀ ਮੇਰੇ ਕੋਲ ਨਾ ਮੇਰਾ ਇੱਕ ਡੌਗ ਆ ਸ਼ਿਟਜ਼ੂ ਉਹਦਾ ਨਾਮ ਚੂਚੂ ਆ ਤੇ ਮੈਂ ਉਹਦੇ ਨਾਲ ਹੀ ਲੱਗੀ ਰਹਿਣੀ ਆ ਉਹ ਹੁੰਦਾ ਰਾਤ ਨੂੰ ਹੈ ਨਾ ਜਿਵੇਂ ਉਹਨੇ ਮੇਰੇ ਨਾਲ ਸੌਣਾ ਮੇਰੇ ਕੋਲ ਹੀ ਫਿਰਨਾ ਮੈਂ ਉਹਨੂੰ ਕਹਿੰਦੀ ਚੂਚੂ ਯਾਰਾ ਗਾਣਾ ਨਹੀਂ ਆਇਆ ਹੋਇਆ ਚਿਚੂਆ ਗਾਣਾ ਸੁਣ ਚਿਚੂਆ ਮਤਲਬ ਉਹਨਾਂ ਲੱਗੇ ਰਹਿਣਾ ਗੱਲਾਂ ਮਾਰੀ ਜਾਣਾ ਰਾਤ ਨੂੰ ਮੇਰੇ ਯਾਦ ਅੱਜ ਸਵੇਰੇ ਵੀ 4 1/2 ਵਜੇ ਉਹ ਐਦਾਂ ਉਹਦੇ ਵਿੰਡੋ 'ਚ ਬੈਠਾ ਸੀ ਗੇਟ 'ਚ ਉਹ ਬਾਹਰ ਦੇਖ ਰਿਹਾ ਨਾ ਤੇ ਮੈਂ ਮੈਂ ਸਟੋਰੀ ਵੀ ਪਾਈ ਹੋਈ ਆ ਉਹਦੀ ਤੇ ਅਸੀਂ ਦੋਈ ਜਾਣੇ ਮੈਂ ਜਦੋਂ ਮੈਂ ਸੌਂ ਤਾ ਮੇਰੇ ਨਾਲ ਉਹ ਸੌਊਗਾ ਜਦੋਂ ਮੈਂ ਉੱਠਣਾ ਫਿਰ ਉਹਨੇ ਮੇਰੇ ਨਾਲ ਹੀ ਉੱਠਣਾ ਵੀ ਗਾਣੇ ਵੀ ਬਣੇ ਪਏ ਨੇ ਗਾਣੇ ਰੋਜ਼ ਰੋਜ਼ ਕਿੰਨੇ ਕ ਗਾਣੇ ਬਣਾਈ ਜਾਊ ਮੈਂ ਫਿਰ ਮੈਨੂੰ ਮੈਨੂੰ ਇੱਕ ਅਲਰਜੀ ਆ ਸਾਈਨਸ ਉਹ ਹੁਣ ਜੇ ਮੇਰਾ ਹੁਣ ਵੀ ਗਲਾ ਬੰਦ ਆ ਇਹ ਮੈਨੂੰ ਬਹੁਤ ਨਿੱਕੀ ਨਿੱਕੀ ਚੀਜ਼ ਤੋਂ ਆ ਹੋ ਸਕਦਾ ਤੁਸੀਂ ਕੋਈ ਪਰਫਿਊਮ ਲਾਇਆ ਹੋਵੇ ਮੈਨੂੰ ਉਹਦੇ ਤੋਂ ਸ਼ਿਕਾ ਸ਼ੁਰੂ ਹੋ ਜਾਣ ਜਾਂ ਮਿੱਟੀ ਤੋਂ ਵੀ ਆ ਹਨਾ ਫਿਰ ਮੈਨੂੰ ਇਹ ਪ੍ਰੋਬਲਮ ਆ ਜਾਂਦੀ ਆ ਵੀ ਕਈ ਵਾਰੀ ਮੈਨੂੰ ਕੋਲਡ ਹੁੰਦਾ ਮੇਰੀ ਡਬਿੰਗ ਵਿੱਚ ਰਹਿ ਜਾਂਦੀ ਆ ਆਈ ਅੰਡਰਸਟੈਂਡ ਮਤਲਬ ਬਾੜੀਆਂ ਟੈਨਸ਼ਨ ਆ ਲਾ ਲਓ ਜਾਂ ਹੁਣ ਤਾਂ ਬਾੜਾ ਮੈਂ ਬਹੁਤ ਜ਼ਿਆਦਾ ਮਤਲਬ ਮੈਨੂੰ ਆਇਆ ਆ ਪਿਆ ਵੀ ਮੇਰੇ ਨਾਲ ਹੀ ਕਿਉਂ ਹੋ ਰਿਹਾ ਇਹ ਵੀ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਵੀ ਬਲਕਿ ਰੱਬ ਨੇ ਸ਼ਾਇਦ ਸਾਡਾ ਹੀ ਕਰਿਆ ਹੋਣਾ ਹਨਾ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਆ ਵੀ ਮੇਰੇ ਦਿਮਾਗ ਚ बस ਹੋਈ ਚੀਜ਼ ਆ ਵੀ ਉਹ ਗਿਆ ਤੇ ਮੇਰਾ ਸਾਰਾ ਕੁਝ ਆਏ ਪਿੱਛੇ 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 ਹੀ ਜਾ ਰਿਹਾ ਹੱਤ ਸੀ ਸਿਸਟਰ ਹੋਣ ਦੇ ਨਾਤੇ ਸੋਚ ਸਕਦੇ ਹੋ ਪਰ ਇਦਾਂ ਨਹੀਂ ਹੈਗਾ ਮੈਨੂੰ ਸਾਰੇ ਕਹਿੰਦੇ ਨੇ ਵੀ ਇਦਾਂ ਨਹੀਂ ਹੁੰਦਾ ਵੀ ਉਹ ਉਹਨੇ ਹੋ ਜਾਦਾ ਦੀ ਇਨੀ ਲਿਖੀ ਹੋਣੀ ਹੈ ਨਾ ਤੇ ਬਟ ਅੱਛੀ ਗੱਲ ਹੈ ਨਾ ਦੇਖੋ ਬੁਰੀ ਗੱਲ ਇਹ ਹੈ ਕਿ ਤੁਸੀਂ ਆਪਦੇ ਘਰ ਦਾ ਜੀ ਆਪਣਾ ਬੱਚਾ ਹੋਇਆ ਹੈ ਅੱਛੀ ਗੱਲ ਇਹ ਹੈ ਕਿ ਉਹ ਇਦਾਂ ਦੀ ਲਾਈਫ ਨਾਲ ਖੁਦ ਕਿਵੇਂ ਸਰਵਾਈਵ ਕਰਦਾ ਨਾ ਇੱਕ ਟਾਈਮ ਤੇ ਆ ਕੇ ਤੁਸੀਂ 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 ਪ੍ਰੋਪਰਲੀ ਫਿਟ ਐਂਡ ਫਾਈਨ ਹੋ ਤੁਹਾਡੇ ਲਈ ਕਿੰਨੀ ਔਖੀ ਹੋਈ ਪਈ ਹੈ ਇਹ ਜ਼ਿੰਦਗੀ ਹੈਨਾ ਇੰਡਸਟਰੀ ਵਿੱਚ ਕੋਈ ਸਹੇਲੀ ਕੋਈ ਕੋਈ ਯਾਰ ਦੋਸਤ ਨਹੀਂ ਬਣਿਆ ਤੁਹਾਡਾ ਸ਼ੁਰੂ ਸ਼ੁਰੂ ਚ ਨਾ ਮੇਰੀਆਂ ਸਹੇਲੀਆਂ ਹੁੰਦੀਆਂ ਸੀ ਮੈਂ ਨਾਮ ਨਹੀਂ ਲੈਣਾ ਪਰ ਉਹ ਜਦੋਂ ਜਦੋਂ ਹੁਣ ਉਹਨਾਂ ਦੇ ਗਾਣੇ ਚੱਲ ਗਏ ਉਹ ਵੀ ਸਾਰੀਆਂ ਮਤਲਬ ਵੀ ਅਨਫਰੈਂਡ ਕਰ ਗਈਆਂ ਕੋਈ ਗੱਲ ਨਹੀਂ ਕਰਦਾ ਫਿਰ ਹੁਣ ਥੋੜਾ ਜਿਹਾ ਆਏ ਹੁੰਦਾ ਵੀ ਯਾਰ ਇਹ ਕਿਵੇਂ ਬਦਲ ਜਾਂਦੇ ਨੇ ਮੈਂ ਸਟਾਰ ਰਹਿ ਚੁੱਕੀ ਹਾਂ ਕਿਸੇ ਫਰੈਂਡ ਦਾ ਨੰਬਰ ਨਹੀਂ ਹੈ ਜਿਹਨੂੰ ਜਿਹੜਾ ਨੰਬਰ ਡਾਇਲ ਕਰਦੇ ਹੋ ਜਦੋਂ ਖੁਦ ਔਖੇ ਹੁੰਨੇ ਹੋ ਪਰੇਸ਼ਾਨ ਹੁੰਨੇ ਹੋ ਕੋਈ ਨਹੀਂ ਬਚਿਆ ਹੋਇਆ ਆਏ ਹੈਗੇ ਨੇ ਮੇਰੀ ਟੀਮ ਵਾਲੇ ਨੇ ਹਨਾ ਤੇ ਮੇਰੀ ਮੇਰੀ ਸੇ ਲੀਵਿਆ ਉਹ ਮੈਨੂੰ ਮੈਨੇਜ ਵੀ ਕਰਦੀ ਆ ਨੀਹਾ ਤੇ ਅੱਕ ਕੇ ਮੈਂ ਉਹਨੂੰ ਫੋਨ ਲਾਉਣਾ ਹੁੰਦਾ ਵੀ ਮੈਨੂੰ ਹੁਣ ਆ ਹੋ ਗਿਆ ਤੇ ਉਹਨੇ ਅੱਗੋਂ ਇੰਨਾ ਕਿ ਮੈਨੂੰ ਪੋਜ਼ਿਟਿਵ ਕਰਨਾ ਵੀ ਨਹੀਂ ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਤੁਸੀਂ ਇਦਾਂ ਨਹੀਂ ਸੋਚਣਾ ਹੈਗਾ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਮੈਨੂੰ ਦੱਸੋ ਕੀ ਪ੍ਰੋਬਲਮ ਆ ਅੱਛਾ ਉਹਨੂੰ ਪਤਾ ਨਹੀਂ ਕਿੱਥੋਂ ਵਾਈਬ ਆ ਜਾਂਦੀ ਆ ਵੀ ਉਹਨੇ ਮੈਨੂੰ ਮਤਲਬ ਰੈਂਡਮਲੀ ਫੋਨ ਕਰਕੇ ਮੈਨੂੰ ਹੈਲੋ ਤੁਸੀਂ ਠੀਕ ਹੋ ਹਮ ਹਣਾ ਹਾਂ ਤੈਨੂੰ ਕੀ ਹੋਇਆ ਨਹੀਂ ਮੈਨੂੰ ਵੈਸੀ ਵਾਈਫ ਜੀ ਆਈ ਤੇ ਉਹਦੀ ਵਾਈਫ ਸਹੀ ਵੀ ਹੁੰਦੀ ਆ ਹਮ ਹਰ ਵਾਰੀ ਮਤਲਬ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਦਾ ਵੀ ਮੈਂ ਬੇਸ਼ੱਕ ਰੱਬ ਨੇ ਤੁਹਾਡੀ ਜ਼ਿੰਦਗੀ 'ਚ ਅੱਛੇ ਇਨਸਾਨ ਵੀ ਰੱਖੇ ਹੈਗੇ ਨੇ ਜਿਹੜੇ ਮੈਨੂੰ ਸਾਹਮਦੇ ਵੀ ਨੇ ਹਨਾ ਮੇਰੀ ਆਪਦੀ ਟੀਮ 'ਚ ਉਹ ਵੀ ਨੇ ਮੁੰਡੇ ਮਤਲਬ ਉਹ ਬੱਚੇ ਨੇ ਹਲੇ 20 21 ਸਾਲ ਦੇ ਨੇ ਉਹਨਾਂ ਨੇ ਸਾਰਾ ਦਿਨ ਵੀ ਨਹੀਂ ਤੁਸੀਂ ਆਏ ਨਹੀਂ ਕਰਨਾ ਮੈਨੂੰ ਇਕੱਲਾ ਨਹੀਂ ਛੱਡਦੇ ਹਮ ਵੀ ਤੁਸੀਂ ਕੰਮ ਕਰੋ ਚਲੋ ਆਪਾਂ ਸਟੂਡੀਓ ਚ ਜਾਈਏ ਪਰ ਸਟੂਡੀਓ ਵੀ ਉਦੋਂ ਜਾਂਦਾ ਫਾਇਦਾ ਜੇ ਕਈ ਵਾਰੀ ਮੇਰਾ ਹੁਣ ਆਹੀ ਨਹੀਂ ਸਹੀ ਹੁੰਦਾ का मौसम जनवरी तक कंटिन्यू रे जो ठंड शुरू know, हो गए सही होगा मेरा भी आम प्रोब्लम है बट uh, हूं ਇਹ ਪ੍ਰੋਸੈਸ ਹੀ ਬੜਾ ਡਿਫਿਕਲਟ ਹੈ ਡਬਿੰਗ ਕਰਨੀ ਹੈ ਸਟੂਡੀਓ ਦੇ ਚਾਰਜੇਸ ਹੈ ਜੇ ਗਾਣਾ ਬਣਾਉਣਾ ਹੈ ਤੇ ਲਿਰਿਸਟ ਨੂੰ ਪੈਸੇ ਦੇਣੇ ਪੈਣੇ ਆ ਫਿਰ ਡੱਬ ਕਰਾਉਣ ਲਈ ਉਹਦੇ ਪੈਸੇ ਦੇਣੇ ਮਿਲਿਆ ਮਿਕਸ میوزਿਕ ਜਦੋਂ ਤੁਹਾਨੂੰ ਮਿਕਸਿੰਗ ਕਰਨੀ ਆ ਉਦੋਂ ਵੀ ਪੈਸੇ ਦੇਣੇ ਆ ਮਤਲਬ ਹਾ ਕਿਵੇਂ ਮੈਨੇਜ ਕਰਨਾ ਹੈ ਤੇ ਕਿਵੇਂ ਮੈਨੇਜ ਕਰੋਗੇ ਜਿਹੜੇ ਗਾਣੇ ਬਣੇ ਪਏ ਆ ਉਹ ਕਿਹਨੇ ਲਿਖੇ ਹੋਏ ਨੇ ਉਹ ਮੇਕਸਾ ਮਤਲਬ ਫਿਲਹਾਲ ਮੇਰਾ ਫਰੈਂਡ ਆ ਮੁੰਡਾ ਪ੍ਰਿੰਸ ਸਗੂਆ ਉਹ ਮੇਰੇ ਸ਼ਹਿਰ ਤੋਂ ਆ ਮੇਰਾ ਸੀਨੀਅਰ ਵੀ ਆ ਅਸੀਂ ਇਕੱਠੇ ਪੜਿਆ ਉਹ ਮੇਰੀ ਬਹੁਤ ਹੈਲਪ ਕਰਦਾ। ਹੂੰ। ਉਹਨੇ ਮੇਰੇ ਗਾਣੇ ਬਣਾਏ ਹੋਏ ਨੇ। ਠੀਕ ਹੈ। ਮੇਰਾ ਹੁਣ ਵੀ ਇੱਕ ਗਾਣਾ ਆਇਆ ਉਹਨੇ ਇਦਾਂ ਹੀ ਫ੍ਰੀ 'ਚ ਕੀਤਾ। ਹੁਣ ਵੀ ਆਉਣਗੇ ਜਿਹੜੇ 2-3 ਉਹ ਵੀ ਉਹਨੇ ਫ੍ਰੀ 'ਚ ਹੀ ਕੀਤੇ ਨੇ। ਮਤਲਬ ਕਿ ਗਾਣੇ ਕਾਫੀ ਨੇ। ਬੜੇ ਪਲੇਟਫਾਰਮ ਨਹੀਂ ਹੈ। ਨਹੀਂ ਆ। ਕਿਉਂਕਿ ਸਾਡੇ ਕੋਲੇ ਐਡ ਲਾਉਣ ਨੂੰ ਜਾਂ ਆਪਣੀ ਪ੍ਰੋਮੋਸ਼ਨ ਕਰਨ ਨੂੰ ਵੀ ਪੈਸੇ ਨਹੀਂ ਹੈਗੇ। ਤੇ ਉਹਦੇ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਹੁਣ ਕਿਉਂਕਿ ਮੈਂ ਰੀਲਸ ਦਾ ਕੰਮ ਕੀਤਾ ਮੈਨੂੰ ਪਤਾ ਲੋਕ ਰੀਲਾਂ ਤੇ ਪੈਸੇ ਬਹੁ ਲਵਾਉਂਦੇ ਨੇ। ਜੀ। ਵੀ ਉਹ ਚੱਲ ਜੇ ਗਾਣਾ ਹਨਾ ਵੀ ਪ੍ਰੋਮੋਸ਼ਨ ਹੋ ਜੇ। ਪਰ ਉਹਦੇ ਤੋਂ ਬਿਨਾ ਪੈਸਿਆਂ ਤੋਂ ਮੇਨਾ ਨਹੀਂ ਆਪਾਂ ਸ਼ਾਇਦ ਕੁਝ ਕਰ ਸਕਦੇ ਆਈ ਅੰਡਰਸਟੈਂਡ ਐਂ ਮੇਰਾ ਪਰਸਨਲੀ ਬਿਲੀਵ ਹੈ ਕਿ ਟਾਈਮ ਬਹੁਤ ਜਲਦੀ ਟਰਨ ਲੇਗਾ ਐਂ ਸਭ ਕੁਝ ਤੁਹਾਡੀ ਫੇਵਰ ਚ ਹੋਏਗਾ ਬਟ ਰਾਈਟ ਨਾਓ ਸੇਲੀਨਾ ਇੰਡਸਟਰੀ ਨੂੰ ਕੁਝ ਕਹਿਣਾ ਚਾਹੁੰਦੀ ਹੈ ਇੰਡਸਟਰੀ ਇੰਡਸਟਰੀ ਨੂੰ ਕੀ ਕੀ ਕਹਿ ਸਕਦੇ ਆ ਮਤਲਬ ਮੇਰੇ ਆਪਦੇ ਕਈ ਨੌਨ ਨੇ ਮੈਂ ਰੋਜ਼ ਫੋਨ ਕਰਦੀ ਆ ਵੀ ਮੇਰਾ ਗਾਣਾ ਕਰ ਦੋ हां ਕਰਦੇ ਆ ਕਰਦੇ ਆ ਤੁਸੀਂ ਕਦੇ ਪੁੱਛਿਆ ਨਹੀਂ ਕਿ ਅਸਲੋਂ ਵੀ ਤੁਸੀਂ ਕਰਦੇ ਆ ਕਿ ਕਿ ਮੁੜ ਕੇ ਰਿਪੋਰਟ ਕਿਉਂ ਨਹੀਂ ਕਰਦੇ ਮੈਨੂੰ ਰੀਜ਼ਨ ਦੇ ਦੋ ਮੈਂ ਮੈਂ ਬਹੁਤ ਮਤਲਬ ਮੇਰਾ ਸਵੇਰਾ ਇਦਾਂ ਦਾ ਮੇਨਾ ਨੀਹਾ ਵੀ ਲੜ ਪੈਂਦੀ ਆ ਜਾਂ ਮੇਰਾ ਆਲਾ ਦੁਆਲਾ ਕਹਿੰਦੇ ਤੂੰ ਇਹ ਗੱਲ ਨਾ ਕਿਹਾ ਕਰ ਤੂੰ ਅਗਲੇ ਦੇ ਮੂੰਹ ਤੇ ਕਹਿਣ ਨਹੀਂ ਅਗਲਾ ਬੁਰਾ ਬਣ ਜਾਂਦਾ ਮੈਂ ਇੱਕ ਲੈਵਲ ਤੱਕ ਮੈਨੂੰ ਹੁੰਦਾ ਵੀ ਠੀਕ ਆ ਠੀਕ ਆ ਮੁੜ ਕੇ ਫਿਰ ਮੈਂ ਉਹਨੂੰ ਬੋਲ ਬੋਲ ਕੇ ਮੈਂ ਫਿਰ ਛੱਡ ਦਿੰਨੀ ਆ ਵੀਰ ਜਦੋਂ ਤੁਸੀਂ ਇਹਨਾਂ ਉਦੋਂ ਨਹੀਂ ਖੜਿਆ ਤੂੰ ਹੁਣ ਕਿਉਂ ਜਿਹੜੇ ਲੋਕ ਮੇਰੇ ਨਾਲ 14 15 16 ਚ ਸੀਗੇ ਜਦੋਂ ਮੇਰੇ ਗਾਣੇ ਚੱਲ ਗਏ ਸੀ ਹਨਾ ਵੀ ਵੀਡੀਓਜ਼ ਕੱਲੀਆਂ ਵਾਇਰਲ ਹੋਈਆਂ ਸੀ ਉਦੋਂ ਤੱਕ ਕੋਈ ਇਨਕਮ ਵੀ ਨਹੀਂ ਸੀ ਹੁੰਦੀ ਕੋਈ YouTube ਨਹੀਂ ਕੋਈ ਹੁਣ ਤਾਂ Facebook ਵੀ ਪੇਡ ਆ ਮੈਨੂੰ ਹੁਣ ਪਤਾ ਲੱਗਿਆ ਵੀ ਉੱਤੇ ਕੋਈ ਸਟਾਰਸ ਵਾਲੀ ਆਪਸ਼ਨ ਆਉਂਦੀ ਆ ਮੈਨੂੰ ਤਾਂ ਉਹ ਵੀ ਨਹੀਂ ਪਤਾ ਤੇ Instagram ਤੇ ਵੀ ਹਨਾ ਵੀ ਲੋਕ ਪੈਸੇ ਦਿੰਦੇ ਨੇ ਵੀ ਤੁਹਾਡੇ ਐਨੇ ਮਿਲੀਅਨ ਵਿਊ ਗਏ ਉਹਦੇ ਆਪਾਂ ਨੂੰ ਪੈਸੇ ਆਉਣਗੇ YouTube ਤੋਂ ਕਿੰਨੇ ਲੋਕ ਕਮਾਉਣ ਲੱਗੇ ਉਦੋਂ ਕੁਝ ਵੀ ਨਹੀਂ ਸੀ ਜਦੋਂ ਮੈਂ ਚੱਲਿਆ ਜੇ ਕਿਤੇ ਉਦੋਂ ਹੁੰਦਾ ਹਨਾ ਪਤਾ ਹੁੰਦਾ ਹੋ ਸਦਾ ਉਹਦੀ ਕਮਾਈ ਮੈਨੂੰ ਹੁਣ ਤੱਕ ਆ ਜਾਂਦੀ ਮੈਨੂੰ ਇੰਨੀਆਂ ਪ੍ਰੋਬਲਮਸ ਨਾ ਹੁੰਦੀਆਂ ਹਣ ਤੇ ਜਿਹੜਾ ਆਰਟਿਸਟ ਚੱਲ ਰਿਹਾ ਉਹ ਤੁਹਾਡਾ ਹੁਣ ਹੁਣ ਦੇ ਟਾਈਮ 'ਚ ਹਨਾ ਹਰ ਇੱਕ ਕੰਪਨੀ ਦਾ ਹੀ ਐਵੇਂ ਹੁੰਦਾ ਮੇਰਾ ਹੁਣ ਗਾਣਾ ਚੱਲ ਜੇ ਫਿਰ ਮੈਨੂੰ ਫੋਨ ਆਉਣਗੇ ਪਰ ਜਦੋਂ ਹੁਣ ਮੈਨੂੰ ਲੋਡ ਆ ਹੁਣ ਕਿੱਥੇ ਹੋ ਆਹ ਅੰਟ ਹੁਣ ਕਿਤੇ ਵੀ ਨਹੀਂ ਹੁਣ ਹੁਣੇ ਅੱਜ ਰਾਤੋਂ ਰਾਤ ਮੇਰਾ ਕੋਈ ਗਾਣਾ ਹਿੱਟ ਹੋ ਗਿਆ ਨਾ ਅਗਲੇ ਦਿਨ ਹੀ ਕੰਪਨੀਆਂ ਦੇ ਫੋਨ ਆ ਜਾਣੇ ਆ ਜੀ ਪਰ ਜਦੋਂ ਸਾਨੂੰ ਲੋਡ ਹੁੰਦੀ ਆ ਹਰ ਵੀ ਪਿਛਲੇ 8-9 ਮਹੀਨੇ ਤੋਂ ਧੱਕੇ ਖਾ ਰਹੀ ਆ ਵੀਰ ਕੋਈ ਗਾਣਾ ਕਰ ਦੋ ਕਰ ਦੋ ਕਰ ਦੋ ਕੋਈ ਨਹੀਂ ਕਰ ਰਿਹਾ ਸਾਡੇ ਕੋਲੇ ਇੰਨਾ ਹੀ ਹੈ ਨਹੀਂ ਮੈਂ ਜੜੀ ਨੂੰ ਫੋਨ ਕਰਕੇ ਕਹਾ ਜੜੀ ਮੈਨੂੰ 7-8 ਲੱਖ ਭੇਜੇ ਮੈਂ ਗਾਣਾ ਕਰਨਾ ਜਾਂ ਮੈਨੂੰ ਲੱਖ ਰੁਪਏ ਹੀ ਭੇਜ ਦੋ ਮੈਂ ਰੀਲ ਦੀ ਪ੍ਰੋਮੋਸ਼ਨ ਲਾਉਣੀ ਆ ਰਾਈਟ ਇੱਕ ਤੁਹਾਡਾ ਗਾਣਾ ਹੈ ਤੁਸੀਂ ਐਗਰੀਮੈਂਟ ਕਰਨ ਲੱਗੇ ਧਿਆਨ ਨਹੀਂ ਦਿੱਤਾ ਕਿ ਤੁਹਾਨੂੰ ਵੀ ਇਨਕਮ ਇਕੁਅਲੀ ਆਵੇ ਹੈਨਾ ਜਿਹੜਾ 20 ਲੱਖ ਹੋਇਆ ਸੀਗਾ ਤੇ ਹੁਣ ਉਹ 32 33 ਹੋ ਗਿਆ ਰੀਲਸ ਤੇ ਬਹੁਤ ਟ੍ਰੈਂਡ ਕਰ ਰਿਹਾ ਕਿਹੜਾ ਗਾਣਾ ਹੈ ਉਹ ਸ਼ਾਹਾਂ ਵਰਗਾ ਉਹ ਜਦੋਂ ਆਇਆ ਉਦੋਂ ਉਹਦੇ ਓਨਿਕ 20 ਲੱਖ ਸੀਗੇ 20 22 ਲੱਖ ਹੈ ਨਾ ਜਿਹੜੇ ਉਹਦੇ ਵੀਊ ਸੀ ਕੋਈ ਐਡ ਨਹੀਂ ਕੁਝ ਨਹੀਂ ਤੇ ਹੁਣ ਉਹ ਰੀਸੈਂਟਲੀ ਕਿਸੇ ਹਿਮਾਚਲ ਦੀ ਆਈ ਥਿੰਕ ਕੁੜੀ ਸੀ ਉਹਨੇ ਇਦਾਂ ਹੀ ਸਲੋ مو ਪਾਤਾ ਉਹ ਗਾਣੇ ਤੇ ਤੇ ਉਹਦੇ ਤੇ ਬਹੁਤ ਜ਼ਿਆਦਾ ਰੀਲਸ ਬਣੀ ਆ ਉਹ ਦੁਬਾਰਾ ਗਾਣਾ ਨਾ ਅਸੀਂ ਆਇਆ ਕਰਿਆ ਕਰੀਏ ਸਵਾਈਪ ਅਪ ਸਵਾਈਪ ਉਹ ਗਾਣਾ ਹੀ ਟ੍ਰੈਂਡਿੰਗ 'ਚ ਆ ਗਿਆ ਹਰ ਇੱਕ ਦੂਜੀ ਰੀਲ ਉਹ ਉਹਦੇ ਤੇ ਆ ਮਤਲਬ ਉਹ ਇੰਨੇ ਸਾਲਾਂ ਬਾਅਦ ਉਹ ਗਾਣਾ ਟ੍ਰੈਂਡਿੰਗ 'ਚ ਆ ਗਿਆ ਹੁਣ ਉਹਦੇ ਮਿਲ ਕੇ 30 32 ਲੱਖ ਵਿਊ ਹੋਏ ਪੈਨੇ ਅੱਛਾ ਦੋ ਕਲਾਈਂਟਾਂ ਸਾਨੂੰ ਸੁਣਾਉਂਗੀਆਂ ਵੈਸੇ ਤੁਹਾਨੂੰ ਸਾਇਨਸ ਐ ਸੈਂਡ ਮੈਨੂੰ ਪਤਾ ਹੈ ਬਹੁਤ ਪ੍ਰੋਬਲਮ ਹੁੰਦੀ ਹੈ ਸਾਹ ਵਰਗਾ ਜੀ ਹ ਰਹਿਣਾ ਹੈ ਤੂੰ ਅੜੀਆਂ ਪਗੌੜ ਤੇ ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਬਣਾਉੜਤੇ ਹਾਇ ਰਣਾਏ ਤੂੰ ਅੜੀਆ ਪਗੌੜਤੇ ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਬਣਾਉੜਤੇ ਹੁਣੋ ਗਾਣਾ ਕਿਹੜਾ ਹੈ ਜਿਹਦੇ ਲਈ ਤੁਹਾਨੂੰ ਤੁਹਾਡੇ ਵੈਲ ਬਿਸ਼ਰ ਕਹਿੰਦੇ ਨੇ ਵੀ ਰੀਲ ਤਾਂ ਬਣੀ ਨਹੀਂ ਮੈਂ ਤਾਂ ਕਹਿ ਰਹੀ ਸੀ ਵੀ ਉਹ ਆਪ ਹੀ ਬਣਾ ਕੇ ਭੇਜ ਦਿੰਦੇ ਭਾਵੇਂ ਰੀਲ ਜੇ ਐਨੇ ਤੁਹਾਡੇ ਖਾਸ ਨਹੀਂਗੇ ਗਾਣੇ ਨਾ ਕਈ ਅਸੀਂ ਜਿਵੇਂ ਰੀਲਸ ਤੇ ਪਾ ਦਿੰਨੇ ਆ ਤੇ ਹੁਣ ਹੁਣ ਵੀ ਅਸੀਂ ਜਿਵੇਂ ਕੋਈ ਗਾਣਾ ਹੁੰਦਾ ਮੈਂ ਮੇਰਾ ਇੱਕ ਗਾਣਾ ਬੜਾ ਵਾਇਰਲ ਹੋਇਆ ਸੀ ਡਰਦੇ ਆ ਕਿਤੇ ਛੱਡ ਨਾ ਜਾਵੀ ਉਹ ਗਾਣਾ ਜਿਨ੍ਹਾਂ ਦਾ ਐਕਚੁਅਲ ਚ ਸੀਗਾ ਉਹ ਨਹੀਂ ਚੱਲਿਆ ਉਹ ਨਾ ਤੇ ਉਹਨਾਂ ਦਾ ਵੀ ਭਾਜੀ ਦਾ ਫੋਨ ਆਇਆ ਮੇਰੇ ਡੈਡ ਨੂੰ ਕਹਿੰਦੇ ਵੀ ਕਹਿੰਦੇ ਤੁਹਾਡੀ ਬੇਟੀ ਨੇ ਗਾਣਾ ਗਾਇਆ ਕਹਿੰਦੇ ਉਹ ਬਹੁਤ ਲੋਕਾਂ ਨੇ ਸੁਣਿਆ ਸਰਚ ਬਹੁ ਕੀਤਾ ਜੀ ਤੇ ਉਹ ਗਾਣਾ ਮੈਨੂੰ ਮੈਨੂੰ ਬੜੇ ਮੈਸੇਜ ਆਉਂਦੇ ਨੇ ਵੀ ਤੁਸੀਂ ਇਹ ਗਾਣਾ ਆਪ ਦੀ ਬਾਅਦ ਚ ਕਰ ਲਓ ਆਪ ਦੀ ਬਾਅਦ ਚ ਕਰ ਲਓ ਹਨਾ ਅਸੀਂ ਗਾਣਾ ਕਰਕੇ ਪਾ ਦਿੰਨੇ ਆ ਪਰ ਉਹਨਾਂ ਤੇ ਕੋਈ ਰੀਲਾਂ ਨਹੀਂ ਬਣਦੀਆਂ ਫਿਰ ਫਿਰ ਮੈਨੂੰ ਲੋਕਾਂ ਦੇ ਕਈ ਵਾਰੀ ਮੈਸੇਜ ਪੜ ਲੈਂਦੀਆਂ ਜਿਵੇਂ ਹਨਾ ਆਲਾ ਕਹਿੰਦਾ ਉਹ ਤੂੰ ਗਾਣੇ ਕਰ ਕਰ ਪਾਈ ਜਾਨੀ ਰੀਲਾਂ ਤੇ ਬਣਦੀਆਂ ਨਹੀਂ ਵੀ ਉਹ ਸਾਨੂੰ ਪਤਾ ਨਹੀਂ ਵੀ ਕਈ ਲੋਕ ਰੀਲਾਂ ਤੇ ਕਿਵੇਂ ਕੰਮ ਕਰਾਉਂਦੇ ਨੇ ਅਸੀਂ ਜ਼ੋਰ ਨਹੀਂ ਲਾ ਰਹੇ ਅਸੀਂ ਸਿਰਫ ਐਂ ਗਾ ਕੇ ਪਾ ਕੇ ਛੱਡ ਦਿੰਦੇ ਆ ਉਹ ਫੇਰ ਧਿਆਨ ਦੇਈਦਾ ਵੀ ਅੱਛਾ ਇਹ ਤਾਂ ਕੋਈ ਰੀਲ ਨਹੀਂ ਬਣੀ ਫੇਰ ਫੇਰ ਦੁਬਾਰਾ ਦਿਮਾਗ ਉੱਥੇ ਚਲਾ ਜਾਂਦਾ ਕਿ ਅੱਜ ਕੱਲ੍ਹ ਉਹੀ ਗਾਣਾ ਹਿੱਟ ਹੈ ਜਿਹਦੇ ਤੇ ਰੀਲ ਬਣਦੀ ਹੈ ਆਈ ਥਿੰਕ ਸੋ ਓਕੇ ਮੈਨੂੰ ਲੱਗਦਾ ਹੈ ਸੋਸ਼ਲ ਮੀਡੀਆ ਦੀ ਜ਼ੁਬਾਨ ਹੈ ਕਿਉਂਕਿ ਮੈਂ ਮੈਂ ਖੁਦ ਰੀਲਸ ਦਾ ਕੰਮ ਕਰ ਰਹੀ ਆ ਨਾ ਤਾਂ ਉਹ ਚ ਪਤਾ ਲੱਗ ਜਾਂਦਾ ਵੀ ਹਾਂ ਇਹ ਗਾਣੇ ਦੇ ਵਿਊ ਵਧੀਆ ਗਏ ਨੇ ਹਨਾ ਮਿਲੀਅਨ ਚ ਚਲੇ ਗਏ ਤਾਂ ਇਹ ਗਾਣਾ ਤੁਹਾਨੂੰ ਟ੍ਰੈਂਡਿੰਗ 'ਚ ਵੀ ਦੇਖਣ ਨੂੰ ਮਿਲ ਜਾਂਦਾ ਵੀ ਹਾਂ ਇਹ ਤੇ ਵੱਧ ਜ਼ੋਰ ਲੱਗਿਆ ਹੋਇਆ ਹੂੰ ਹੂੰ ਸੋ ਤੁਸੀਂ ਇੱਕ ਪੋਸਟਰ ਪਾਇਆ ਸਿੱਧੂ ਮੂਸੇਵਾਲੇ ਤੇ ਵੀ ਦੂਸਰੇ ਗਾਣਾ ਕੀਤਾ ਉਹ ਤੁਹਾਡੇ ਹੀ ਗਾਣਾ ਹੈ ਉਹ ਹਾਂਜੀ ਉਹ ਅਸੀਂ ਰੀਸੈਂਟਲੀ ਮੈਂ ਪੋਸਟਰ ਪਾਇਆ ਸੀ ਦੁਖਮਾਂ ਦਾ ਉਹ ਮੈਂ ਪਾ ਕੇ ਪੋਸਟਰ ਬਹੁਤ ਤੇ ਪਾਤਾ ਪਰ ਫੇਰ ਉਹੀ ਡਬਲ ਮਾਈਂਡਡਡ ਵੀ ਲੋਕ ਜਿਵੇਂ ਮੈਂ ਪੋਸਟਰ ਵੀ ਪਾਇਆ ਤਾਂ ਵੈਸਾ ਲੋਕਾਂ ਦਾ ਕੰਮ ਹੀ ਆ ਨਾ ਬੋਲਣਾ ਉਹਨਾਂ ਨੇ ਬੋਲੀਓ ਜਾਣਾ ਵਿਜੇ ਇਹ ਗਣਾ ਕਰ ਵੀ ਦਿੱਤਾ ਵੈਸੇ ਅਸੀਂ ਕਰਨਾ ਹੁਣ ਤੇ ਥੋੜਾ ਜਆ ਚੈਨਲ ਦਾ ਦੇਖੀ ਜਾਂਦੇ ਸੀਗੇ ਵੀ ਹੈ ਹੀ ਨਹੀਂ ਕੋਈ ਸ਼ਨਾ ਵੀ ਕੀ ਪਾਵਾਂਗੇ ਉਹਦੇ ਤੇ ਵੀ ਨਾ ਉਹਦੇ ਤੇ ਅਸੀਂ ਕੁਝ ਕਰਨਾ ਵੀ ਉਹ ਇਦਾਂ ਹੀ ਮੈਂ ਆਪਦੇ ਬ੍ਰਦਰ ਲਈ ਤੇ ਸਿੱਧੂ ਬਾਈ ਲਈ ਕੀਤਾ ਸੀ ਹੈਨਾ ਵੀ ਉਹ ਪਾ ਕੇ ਛੱਡਦਾ ਹੁਣ ਮੈਂ ਐ ਸੋਚੀ ਜੰਨੀਆ ਵੀ ਉਹ ਪਤਾ ਨਹੀਂ ਲੋਕ ਨੈਗੇਟਿਵ ਤਾਂ ਨਹੀਂ ਕਹਿਣਗੇ ਵੀ ਫੇਮ ਭਾਲਦੀ ਆ ਕਿਉਂਕਿ ਪੋਸਟਰ ਪਾਏ ਤੇ ਵੀ ਮੈਨੂੰ ਇਹ ਕਮੈਂਟ ਆਏ ਸੀ ਵੀ ਆਹੋ ਹੁਣ ਤੂੰ ਚੱਲਦੀ ਤਾਂ ਹੈ ਨਹੀਂ ਹੁਣ ਸਿੱਧੂ ਬਾਈ ਦਾ ਗਾਣਾ ਕਰਕੇ ਤੂੰ ਫੇਮ ਭਾਵੇਂਗੀ ਵੀ ਆਖੇ ਮੇਰਾ ਕੰਮ ਚੱਲ ਜੇ ਮੈਂ ਉਹ ਵੀ ਸੱਚੀ ਜਾਨੀ ਕਿਉਂਕਿ ਮੇਰੇ ਕਿਹੜਾ ਕੋਈ ਨਾਲ ਬਾੜੇ ਉਹੋ ਨੇ ਹਨਾ ਵੀ ਜਿਹੜੇ ਅਸੀਂ ਟੀਮ 'ਚ ਬਹਿ ਕੇ ਗੱਲ ਕਰਨੀ ਆ ਵੀ ਤੂੰ ਫਲਾਣੇ ਪੈਸਾ ਲਾ ਦੇਗਾ ਐ ਗਾਣੇ ਤੇ ਮੈਂ ਆ ਗਾਣਾ ਕਰ ਲਾ ਤੂੰ ਐ ਕਰ ਦੇਗਾ ਜਾਂ ਤੂੰ ਆ ਚੀਜ਼ ਰੈਡੀ ਕਰ ਦੇ ਉਹ ਆਪ ਨਹੀਂ ਸੋਚਣਾ ਪੈਂਦਾ ਵੀ ਇਹ ਗਾਣਾ ਕਰ ਸਕਦੇ ਆ ਵੀ ਜੇ ਕਰਾਂਗੇ ਤਾਂ ਪਤਾ ਨਹੀਂ ਲੋਕ ਕੀ ਕਹਿਣਗੇ ਕਿਉਂਕਿ ਇਹ ਮੁੱਦਾ ਹੀ ਇਦਾਂ ਦਾ ਹੋਇਆ ਪਿਆ ਰਾਈਟ ਸੋ ਆਈ ਅੰਡਰਸਟੈਂਡ ਕਿ ਟਾਈਮ ਹੀ ਕੁਝ ਇਹੋ ਜਿਹਾ ਚੱਲ ਰਿਹਾ ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਕ੍ਰਿਟਿਕ ਇਸ ਟਾਈਮ ਤੇ ਬਨੇ ਪੈਨੇ ਤੁਹਾਡੇ ਜਿਹੜੇ ਤੁਹਾਨੂੰ ਕਮੈਂਟਸ ਕਰਕੇ ਨੈਗੇਟਿਵ ਕਰਦੇ ਨੇ ਉਹਨਾਂ ਨੂੰ ਛੱਡ ਕੇ ਉਹਨਾਂ ਲੋਕਾਂ ਵੱਲ ਵੀ ਵੇਖੋ ਜਿਹੜੇ ਅੱਜ ਵੀ ਤੁਹਾਡੀਆਂ ਰੀਲਸ ਨੂੰ ਵੇਖਦੇ ਨੇ ਤੇ ਉਮੀਦ ਕਰਦੇ ਨੇ ਕਿ ਤੁਸੀਂ ਜਲਦੀ ਸੋਹਣੇ ਗੀਤ ਲੈ ਕੇ ਆਉਂਗੇ ਔਰ ਮੈਨੂੰ ਲੱਗਦਾ ਹੈ ਉਹਨਾਂ ਦਾ ਪਿਆਰ ਸਪੋਰਟ ਤੇ ਤੁਹਾਡੀ ਜਿਹੜੀ ਮਿਹਨਤ ਹੈ ਕਿ ਨਹੀਂ ਮੈਂ ਕਰਨਾ ਹੈ ਨਹੀਂ ਮੈਂ ਕਰਨਾ ਹੈ ਹੈਨਾ ਵੀ ਮੈਂ ਅੱਗੇ ਵਧਣਾ ਹੈ ਤੁਸੀਂ ਘਰ ਤੋਂ ਦੂਰ ਬੈਠੇ ਹੋ ਆਪਣੇ ਆਪ ਨਾਲ ਮੈਨੇਜ ਕਰ ਰਹੇ ਹੋ ਕਿਰਾਏ ਤੋਂ ਲੈ ਕੇ ਹਰ ਚੀਜ਼ ਤੱਕ ਸੋ ਮੈਨੂੰ ਲੱਗਦਾ ਉਹ ਚੀਜ਼ ਅੱਜ ਨਹੀਂ ਤੇ ਕੱਲ ਮੋੜ ਜ਼ਰੂਰ ਪਏਗਾ ਰੰਗ ਜ਼ਰੂਰ ਲੈ ਕੇ ਆਏਗੀ ਸਬਰ ਕਰੀ ਜਾਨੀ ਆ ਮੈਂ ਕਿ ਕੋਈ ਨਹੀਂ ਕੋਈ ਨਹੀਂ ਮੈਂ ਬਹੁਤ ਪੋਜ਼ੀਟਿਵ ਰਹਿਣ ਦੀ ਕੋਸ਼ਿਸ਼ ਕਰ ਦੇਣੀ ਆ ਨਾ ਪਰ ਕਈ ਵਾਰੀ ਤੁਸੀਂ ਇੱਕ ਲੈਵਲ ਤੇ ਜਾ ਕੇ ਥੱਕ ਜਾਂਦੇ ਹੋ ਆਈ نو ਇਨਸਾਨ ਹਾਂ ਹੋਂ ਸਿੱਧੂ ਭਾਈ ਦੀ ਡੈਥ ਤੋਂ ਬਾਅਦ ਕਿੰਨਾ ਟਾਈਮ ਸਹੀ ਨਹੀਂ ਹੋਈ ਮੈਨੂੰ ਗਾਇਆ ਹੀ ਨਹੀਂ ਸੀ ਜਾਂਦਾ ਆ ਕੋਈ ਗਾਣਾ ਰਿਕਾਰਡ ਕਰਨ ਜਾਣਾ ਵੀ ਨਹੀਂ ਕਿਉਂਕਿ ਉਹ ਦਿਮਾਗ 'ਚ ਬਾਈ ਤਾਂ ਬੈਠੇ ਹੀ ਬੈਠਿਆ ਨਾਲ ਆਪ ਦਾ ਭਰਾ ਬਹਿ ਗਿਆ ਵੀ ਹਾਇਓ ਦੇ ਮੰਮੀ ਹੋਣਾ ਨੇ ਇੱਕ ਮੁੰਡਾ ਖੋਤਾ ਜਦੋਂ ਮੇਰੇ ਬ੍ਰਦਰ ਦੀ ਡੈਥ ਹੋਈ ਆ ਉਦੋਂ ਆਈ ਸੀਗਾ ਵੀ ਉਹ ਗਿਆ ਤੇ 2 ਸਾਲ ਦਾ ਸੀ ਛੋਟਾ ਬ੍ਰਦਰ ਮੇਰਾ ਜਿਹੜਾ ਉਹ ਤੋਂ ਛੋਟਾ ਵੀ ਉਹ ਵੀ ਉਹ ਵੀ ਤਾਂ ਕਰਿਆ ਸੀ ਵੀ ਪਤਾ ਸੀ ਵੀ ਇਹ ਨਹੀਂ ਇੰਨੇ ਸਾਲ ਨਹੀਂ ਰਹਿਣਾ ਵੀ ਸ਼ੈਲੀ ਇਕੱਲੀ ਰਹਿ ਜੂਗੀ ਕੱਲੋਂ ਸਾਡੇ ਗਲੀ 'ਚ ਕਿਸੇ ਦੀ ਡੈਥ ਹੋਈ ਸੀ ਉਹਨਾਂ ਦੇ ਕੁੜੀਆਂ-ਕੁੜੀਆਂ ਸੀ ਤੇ ਜਦੋਂ ਉਹਨਾਂ ਦੇ ਲਾਸਟ ਪਹਿਲਾਂ ਮੰਮੀ ਦੀ ਹੋ ਗਈ ਜਦੋਂ ਲਾਸਟ ਡੈਡ ਦੀ ਹੋਈ ਨਾ ਤਾਂ ਕੁੜੀਆਂ ਇੱਕ ਦੂਜੇ ਨੂੰ ਸਹਾਰਾ ਦੇ ਰਹੀਆਂ ਸੀ ਵੀ ਉਹ ਸਾਰੇ ਦੇਖ ਰਹੇ ਸੀ ਨਾ ਵੀ ਤੇ ਮੰਮੀ ਡੈਡੀ ਹੋਣੇ ਲਾਈਕ ਯਾਰ ਜੇ ਆਪਣੇ ਹੁਣ ਕੱਲੀ ਛੇਲੀ ਆ ਵੀ ਜੇ ਕੱਲੋਂ ਇਹਨੂੰ ਹੋਣੇ ਹੀ ਆ ਕੁਝ ਪਤਾ ਵੀ ਆਪਾਂ ਨੂੰ ਇੰਨੀ ਉਮਰ ਹੈ ਨਹੀਂ ਇਹਦੀ ਵੀ ਉਹਨੂੰ ਸਹਾਰਾ ਕੌਣ ਦੇਊਗਾ ਵੀ ਉਹ ਤਾਂ ਜਮੀ ਕੱਲੀ ਰਹਿ ਜਿੱਦਣ ਆਪਾਂ ਨੂੰ ਕੁਝ ਹੋ ਗਿਆ ਤੇ ਮੇਰਾ ਬ੍ਰਦਰ ਜਿਹੜਾ ਛੋਟਾ ਹੁਣ ਉਹ ਮਤਲਬ ਮੈਂ ਸ਼ਾਇਦ ਭਾ ਗਾਲੀਆਂ ਹਨਾ ਵੀ ਉਹ ਬਹੁਤ ਜ਼ਿਆਦਾ ਇੰਟੈਲੀਜੈਂਟ ਆ ਉਹ ਪੜਾਈ ਚ ਲਾ ਲੋ ਉਹ ਨੂੰ ਭੰਗੜਾ ਤੇ ਢੋਲ ਤਬਲਾ ਮੈਨੂੰ ਹੁਣ ਰੀਸੈਂਟਲੀ ਪਤਾ ਲੱਗਿਆ ਮੈਂ ਪਿਛਲੇ ਹਫਤੇ ਘਰੇ ਗਈ ਕਹਿੰਦੇ ਗਾਣੇ ਲਿਖਣ ਲੱਗ ਗਿਆ ਮੈਂ ਨਾ ਉਹਨੂੰ ਪੰਜ ਵਾਰੀ ਕਿਹਾ ਮੈਂ ਕਿਹਾ ਮੈਨੂੰ ਬਾਰ-ਬਾਰ ਉਹੀ ਗਾਣਾ ਚਾਰ ਲਾਈਨਾਂ ਲਿਖੀਆਂ ਨੇ ਮੈਂ ਕਿਹਾ ਤੂੰ ਸੁਣਾ ਮੈਂ ਕਿਹਾ ਤੂੰ ਸੱਚੀ ਤੂੰ ਲਿਖਿਆ ਮੈਂ ਉਹਨੂੰ ਸੌਂਹ ਖਵਾਵਾ ਮੈਂ ਕਿਹਾ ਤੂੰ ਮੰਮੀ ਦੀ ਸੌਂ ਖਾ ਜਾਂ ਪਾਪਾ ਦੀ ਖਾ ਮੇਰੀ ਖਾ ਹੈ ਨਾ ਵੀ ਤੂੰ ਹੀ ਲਿਖਿਆ ਵੀ ਤੂੰ ਚੀਟਿੰਗ ਨਹੀਂ ਕਰੀ ਕਹਣਾ ਦੀਦੀ ਮੈਂ ਨਹੀਂ ਕਰੀ ਮੈਂ ਸੱਚੀ ਐ ਮੈਂ ਲਿਖਿਆ ਚਾਰ ਲਾਈਨਾਂ ਮੈਂ ਹੁਣ ਉਹਦੇ ਵੱਲ ਦੇਖੀ ਜਾਨੀ ਐ ਵੀ ਉਹ ਵੀ ਸ਼ਾਇਦ ਜਿਹੜਾ ਉਹ 15 ਸਾਲ ਉਹਦੇ 'ਚ ਨਹੀਂ ਸੀ ਕੁਝ ਵੀ ਹੈ ਨਾ ਉਹ ਸਾਰੀਆਂ ਐਕਟੀਵਿਟੀਆਂ ਲਾ ਲੋ ਜਾਂ ਕੁਝ ਵੀ ਜਿੰਨਾ ਸਾਰਾ ਸੀ ਉਹ ਇਹਦੇ 'ਚ ਆ ਗਿਆ ਉਹ ਇੰਨਾ ਜ਼ਿਆਦਾ ਕਰਦਾ ਨਾ ਮੇਰਾ ਮਤਲਬ ਉਹਨੇ ਰੋਜ਼ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਭੇਜਣੀ ਆ ਰਾਤ ਨੂੰ ਸੌਣ ਲੱਗੇ ਗੁੱਡ ਨਾਈਟ ਜੇ ਉਹਦੀ ਮੇਰੇ ਨਾਲ ਗੱਲ ਨਾ ਹੋਵੇ ਦੀਦੀ ਤੂੰ ਗੱਲ ਕਿਉਂ ਨਹੀਂ ਕੀਤੀ ਤੇ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵੀ ਮੈਂ ਸਹੀ ਨਹੀਂ ਮੈਨੂੰ ਫੋਨ ਕਰਕੇ ਉਹ ਨਿੱਕਾ ਜਾ ਮੈਨੂੰ ਪੁੱਛੂਗਾ ਤੂੰ ਠੀਕ ਹੋ ਉਹ ਹਾਂ ਓਕੇ ਆ ਮੈਨੂੰ ਤੇਰੀ ਆਵਾਜ਼ ਤੋਂ ਲੱਗ ਨਹੀਂ ਰਿਹਾ ਵੀ ਤੂੰ ਠੀਕ ਆ ਤੂੰ ਮੇਰੇ ਨਾਲ ਸ਼ੇਅਰ ਕਰ ਸਕਦੀ ਆ ਤੇ ਮੈਂ ਜੇ ਉਹਨਾਂ ਸ਼ੇਅਰ ਵੀ ਕਰਾਂ ਨਾ ਉਹ ਘਰੇ ਨਹੀਂ ਦੱਸਦਾ ਤੇ ਉਹ ਜਸਟ 11 ਸੌਂਦਾ ਐਨਾ ਮੈਚੂਰ ਆ ਉਹ ਐਨਾ ਮੈਚੂਰ ਆ ਵੀ ਜੇ ਮੈਂ ਉਹਨੂੰ ਕਹੂੰ ਵੀ ਵਨ ਸ਼ਾਪ ਆ ਗੱਲ ਕਰਨੀ ਨਹੀਂ ਅੱਗੇ ਠੀਕ ਆ ਦੇਦੀ ਦੇ ਕਰੇ ਗੱਲ ਨਹੀਂ ਦੱਸਦਾ ਸਾਡੇ ਕਰੇ ਪਤਾ ਹੀ ਨਹੀਂ ਹੁੰਦੀ ਜਦੋਂ ਨੂੰ ਮੈਂ ਮੰਮੀ ਕੋਲੇ ਗੱਲ ਕਰਨੀ ਆ ਮੈਨੂੰ ਇਹਨੂੰ ਪਤਾ ਸੀ ਕਹਿੰਦੇ ਨੇ ਮੇਰੇ ਕੋਲ ਤਾਂ ਕੀਤੀ ਨਹੀਂ ਹੂੰ ਮਤਲਬ ਉਹ ਚ ਬਹੁਤ ਸਬਰ ਆ ਸ਼ਾਇਦ ਉਹ ਵੀ ਦੇਖੋ ਰਾਮ ਨੇ ਤੁਹਾਨੂੰ ਇੱਕ ਪੋਜ਼ਿਟਿਵ ਜ਼ਿੰਦਗੀ ਦਾ ਜਿਹੜਾ ਹੈ ਉਹ ਹੈ ਨਾ ਤੁਹਾਡੇ ਨਾਲ ਕਨੈਕਟੀਵਿਟੀ ਬਣਾਈ ਹੈ ਤੁਹਾਡੇ ਬਹੁਤ ਜ਼ਿਆਦਾ ਮਤਲਬ ਉਹ ਨੂੰ ਮੈਂ ਉਹ ਬਾਅਦ ਦਾ ਰੋ ਬਹੁਤ ਮਾਰਦਾ ਹੋ ਔਰ ਸਕੂਲ ਜਾਣਾ ਤਾਨੂੰ ਪਤਾ ਮੇਰੀ ਭੈਣ ਗਾਉਂਦੀ ਆ ਬੋਲੇ ਜਿਹੜਾ ਕੋਈ ਨਵਾਂ ਬੰਦਾ ਹੋ ਮੈਂ ਕਲਾਕਾਰ ਦਾ ਭਰਾ ਇੱਕ ਉਹਨੇ ਪਿੱਛੇ ਜੇ ਆਪਣੀ ਉਹਦੇ ਚ ਆਈਡੀ ਚ ਵੀ ਮੈਂਸ਼ਨ ਕੀਤਾ ਹੈ ਸੀ ਕਲਾਕਾਰ ਦਾ ਭਰਾ ਮੇਗਾ ਭਰਾਵਾ ਤੂੰ ਇਹਨੂੰ ਚੱਕ ਦੇ ਵਧੀਆ ਨਹੀਂ ਲੱਗਦਾ ਲਿਖਿਆ ਫਿਰ ਕੀ ਆ ਦੀਦੀ ਮਿੰਦਰ ਤੇ ਬਾਣ ਆ ਤੂੰ ਸਿੰਗਰ ਆ ਠੀਕ ਹੈ ਆ ਦੇਖੋ ਇਹ ਤੁਹਾਡੀ ਕਮਾਈ ਆ ਬਿਲਕੁਲ ਇਹ ਉਹਨੂੰ ਕਿਸੇ ਨੇ ਉਹਦੇ ਅੰਦਰ ਖਾਨੇ ਚ ਪਾਈ ਨਹੀਂ ਆ ਹੈਨਾ ਜਦੋਂ ਨਹੀਂ ਕਰਨਾ ਆਪਦੇ ਭੈਣ ਭਰਾ ਵੀ ਨਹੀਂ ਕਰਦੇ ਜਾਂ ਨਹੀਂ ਉਸ ਚੀਜ਼ ਦੀ ਰਿਸਪੈਕਟ ਕਰ ਪਾਉਂਦੇ ਹੈਨਾ ਸੂਪਰਮਾਥਮਾ ਕੜੀਆਂ ਜੋੜ ਰਿਹਾ ਆ ਮੈਨੂੰ ਲੱਗਦਾ ਸਬਰ ਸਿਮਰਨ ਤੇ ਸ਼ੁਕਰ ਆ ਤਿੰਨ ਚੀਜ਼ਾਂ ਨਾ ਹਮੇਸ਼ਾ ਤੁਹਾਨੂੰ ਲਾਈਫ ਦੇ ਵਿੱਚ ਅੱਗੇ ਹੀ ਲੈ ਕੇ ਜਾਂਦੀਆਂ ਨੇ ਪਰ ਤੁਸੀਂ 8 ਸਾਲ ਜਿੰਨੇ ਸਟਰੋਂਗ ਬਣ ਗਏ ਹੋ ਹੁਣ ਤੱਕ ਅੱਗੇ ਆਏ ਹੋ ਇਹ ਮੇਰਾ ਪਰਸਨਲ ਤੁਹਾਨੂੰ ਹੈ ਕਿ ਤੁਸੀਂ ਬਸ ਇਸੇ ਤਰ੍ਹਾਂ ਸਬਰ ਤੇ ਮਿਹਨਤ ਦੇ ਨਾਲ ਅੱਗੇ ਵਧੋ ਰਸਤੇ ਕਦੇ ਬੰਦ ਨਹੀਂ ਹੁੰਦੇ ਜੇ ਅੱਜ ਇੰਡਸਟਰੀ ਦਾ ਰਸਤਾ ਬੰਦ ਹੈ ਤੁਹਾਡਾ ਫਰੈਸ਼ ਫੇਸ ਨਹੀਂ ਲੱਗਦਾ ਕਿ ਇਸ ਨੂੰ ਕਿਸ ਨੂੰ ਪੈਸੇ ਲੈਣੇ ਵਾਜਿਬ ਨਹੀਂ ਲੱਗਦੇ ਤੇ ਇਹ ਸਦਾ ਬਾਹਰ ਨਹੀਂ ਰਹਿਣ ਵਾਲਾ ਇਸ ਤੋਂ ਇਲਾਵਾ ਵੀ ਕੁਝ ਰਸਤੇ ਇਹੋ ਜਿਹੇ ਜੋ ਸਿਰਫ ਤੁਹਾਡੇ ਲਈ ਰੱਬ ਨੇ ਖੋਲੇ ਹੋਏ ਆ ਸੋ ਸਟੇ ਪੋਜ਼ਿਟਿਵ ਜੀ ਐਂਡ ਬੀ ਹੈਪੀ ਐਂਡ ਇੰਜੋਏ ਯੋਰ ਸਟਰਗਲ ਕਿਉਂਕਿ ਜਦੋਂ ਆਪਾਂ ਸਟਾਰ ਬਣ ਜਾਂਦੇ ਆ ਫਿਰ ਸਿਰਫ ਕੰਸਿਸਟੈਂਸੀ ਤੇ ਵਰਕ ਕਰਨਾ ਹੁੰਦਾ ਨਹੀਂ ਅਸੀਂ ਸਾਡਾ ਮਤਲਬ ਜਿਹੜਾ ਸਾਡੇ ਘਰ ਦਾ ਮਾਹੌਲ ਆ ਹੈ ਨਾ ਜਿਵੇਂ ਇੱਥੇ ਰਹੀਦਾ ਅਸੀਂ ਸਾਰੀ ਇਹ ਜਿਹੜੀਆਂ ਜੇ ਸਾਡੇ ਕੋਲੇ 5 ਰੁਪਏ ਵੀ ਨਹੀਂ ਨੇ ਨਾ ਵੀ ਚਲੋ ਆਈਸਕ੍ਰੀਮ ਇੱਕੀ ਆਊਗੀ ਕੋਈ ਜਾਂ 5 ਦੀਆਂ ਟੌਫੀਆਂ ਆਉਣੀਆਂ ਵੀ ਮਿੱਠਾ ਕੁਝ ਖਾਣ ਦਾ ਜੀ ਕਰਦਾ ਤਾਂ ਅਸੀਂ ਉਹ ਵੰਡ ਕੇ ਖਾ ਲੈਣੀਆਂ ਨੇ ਚਾਹੇ ਬਾਅਦ ਉਹ 0 ਪੈਸੇ ਰਹਿ ਜਾਣ ਸਾਡੇ ਕੋਲੇ ਬਸ ਫਿਰ ਰਾਬੇ ਤਾਂ ਹੀ ਖਾਏ ਨਾ ਅਸੀਂ ਇੰਨਾ ਕਿ ਇੰਜੋਏ ਕਰਦੇ ਆ ਪਰ ਫਿਰ ਆਏ ਹੁੰਦਾ ਵੀ ਯਾਰ ਮੇਰਾ ਕੀਤਾ ਰੀਲਾਂ ਵਾਲਾ ਨਹੀਂ ਹੈਗਾ ਮੈਂ ਰੀਲਾਂ ਵਾਲੀ ਵੀ ਨਹੀਂ ਹੈ ਨਾ ਵੀ ਮੈਨੂੰ ਮੈਂ ਗਾਉਣਾ ਮੈਂ ਹੁਣ ਸ਼ੋਅ ਵੀ ਹੁਣ ਰੀਸੈਂਟਲੀ ਤਿੰਨ ਸ਼ੋਅ ਲਾਈ ਮੈਂ ਤੇ ਉਹ ਇੰਨਾ ਕਿ ਮੈਨੂੰ ਪਿਆਰ ਮਿਲਿਆ ਕਿੱਥੇ ਮੈਂ 15 ਮਿੰਟ ਨਹੀਂ ਸੀ ਆ ਸਕਦੇ ਹੁੰਦੇ ਸ਼ੁਰੂ ਚ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ ਮੈਂ ਕੀ ਗਾਉਣਾ ਤੇ ਹੁਣ ਮੈਂ 3-3 4-4 ਘੰਟੇ ਵੀ ਗਾ ਕੇ ਆਈ ਆ ਪੈਸੇ ਘੱਟ ਵੀ ਹੁੰਦੇ ਨੇ ਪਰ ਮੈਨੂੰ ਆ ਜਾਂਦਾ ਮੈਂ ਗਾ ਰਹੀ ਆ ਲੋਕ ਇੰਜੋਏ ਕਰ ਰਹੇ ਨੇ ਬਜ਼ੁਰਗ ਬੈਠੇ ਮੈਨੂੰ ਸੁਣ ਰਹੇ ਨੇ ਤਾਂ ਮੈਂ ਆਪਦਾ ਇੰਜੋਏਮੈਂਟ ਚ 3-4 ਘੰਟੇ ਸ਼ੋਅ ਲਾਇਆ ਨਹੀਂ ਆ ਤੇ ਉਹਨੇ ਮੈਨੂੰ ਪੈਸੇ ਵੀ ਨਹੀਂ ਮਿਲੇ ਹੁੰਦੇ ਬਸ ਹੁਣ ਸਹੀ ਵਕਤ ਤੁਹਾਡਾ ਇੰਤਜ਼ਾਰ ਕਰ ਰਹਾ ਤੁਸੀਂ ਬਸ ਅੱਗੇ ਵਧਣਾ ਇਸ ਸਮਾਈਲ ਦੇ ਨਾਲ ਹੋ ਸੋ ਆਲ ਦਾ ਵੈਰੀ ਬੈਸਟ ਥੈਂਕ ਯੂ ਐਂਡ ਆ ਜਸਟ ਵਿਸ਼ ਕਿ ਜੋ ਕੁਝ ਵੀ ਚੱਲ ਰਿਹਾ ਆ ਉਹ ਬਹੁਤ ਜਲਦ ਬਦਲਣ ਵਾਲਾ ਹੈ ਤੇ ਨੈਕਸਟ ਇੰਟਰਵਿਊ ਦੇ ਵਿੱਚ ਅਸੀਂ ਬਹੁਤ ਪੋਜ਼ਿਟਿਵਲੀ ਗੱਲਾਂ ਕਰਾਂਗੇ ਤੇ ਤੁਸੀਂ ਆਪਣੀ ਇਹ ਰੱਬ ਇਸੇ ਲਈ ਮੇਬੀ ਕ੍ਰੀਏਟ ਕਰਵਾ ਰਿਹਾ ਹੋਵੇ ਆ 5 ਰੁਪਏ ਦੀ ਟਾਫੀਆਂ ਗਾਣਾ ਤਾਂ ਕਿ ਤੁਸੀਂ ਵੱਡੀ ਵੱਡੀ ਇੰਟਰਵਿਊਸ ਤੇ ਜਾ ਕੇ ਵੱਡੀਆਂ ਸਟੇਜਸ ਤੇ ਜਾ ਕੇ ਇਨ ਮੋਮੈਂਟਸ ਨੂੰ ਸ਼ੇਅਰ ਕਰ ਪਾਓ ਜੀ मैम ਸੋ ਆਪਾਂ ਕਿ ਤੁਹਾਡੇ ਕਿਸੇ ਵੀ ਗਾਣੇ ਦੇ ਨਾਲ ਜਿਹੜਾ ਤੁਸੀਂ ਅੱਜ ਕੱਲ ਗੁੰਗੁਣਾਉਂਦੇ ਹੋ ਆਪਣੇ ਉਸ ਪਰਿਵਾਰ ਦੇ ਨਾਲ ਜਿਹਨਾਂ ਦੇ ਨਾਲ ਤੁਸੀਂ ਅੱਜ ਕੱਲ ਰਹਿੰਦੇ ਹੋ ਹੈਨਾ ਜੀ ਸੋ ਕਿਹੜਾ ਗਾਣਾ ਚੱਲਦਾ ਜ਼ਿਆਦਾ ਗਾਣਾ ਇੱਕੋ ਹੁੰਦਾ ਜਿਹੜਾ ਵਾਇਰਲ ਵੀ ਹੋਇਆ ਤੇ ਮੇਰੇ ਉਹ ਮੂੰਹ ਤੇ ਅਕਸਰ ਉਹੀ ਚੜਿਆ ਹੁੰਦਾ ਉਹ ਸੀਗਾ ਹੋ ਡਰਦੇ ਹਾਂ ਕਿਤੇ ਛੱਡ ਨਾ ਜਾਵੀ ਹਾਏ ਡਰਦੇ ਹਾਂ ਕਿਤੇ ਛੱਡ ਨਾ ਜਾਵੀ ਮੁੜ ਕੇ ਜੀਣੀ ਲਗਣਾ ਵੇ ਤਾ ਯੋਤਾ ਤੇਰੀ ਹਰ ਗੱਲ ਮੰਨਣੀ ਪੈਂਦੀ ਹੈ ਸਚਨਾ ਵੇ ਤਾ ਯੋਤਾ ਤੇਰੀ ਹਰ ਗੱਲ ਮੰਨਣੀ ਪੈਂਦੀ ਹੈ ਸਚਨਾ ਹਾਈ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ ਬਿਊਟੀਫੁਲ ਥੈਂਕ ਯੂ ਬਹੁਤ ਖੂਬ ਸੋ A ਸਮਾਈਲ ਆਪਣੇ ਫੇਸ ਤੇ ਹਮੇਸ਼ਾ ਰੱਖੋ ਐਂਡ ਕੀਪ 무ਵਿੰਗ ਥੈਂਕ ਯੂ ਆਲ ਦਾ ਵੈਰੀ ਬੈਸਟ ਥੈਂਕ ਯੂ ਥੈਂਕ ਯੂ ਸੋ ਵੈਰੀ ਮਚ ਥੈਂਕ ਯੂ ਸੋ ਮੈਨੂੰ ਲੱਗਦਾ ਹੈ ਕਿ ਕਲਾ ਦਾ ਨਿਖਾਰ ਉਦੋਂ ਹੀ ਹੁੰਦਾ ਜਦੋਂ ਸਾਡਾ ਸਾਥ ਤੇ ਪਿਆਰ ਉਸ ਦੇ ਨਾਲ ਮਿਲ ਜਾਂਦਾ ਹੈ ਸੋ ਜਨਤਾ ਜਨਾਰਦਨ ਹੈ ਨਾ ਸੋ ਤੁਸੀਂ ਸਾਰੇ ਹੀ ਉਹ ਜੋ ਕਲਾਕਾਰ ਨੂੰ ਬਣਾਉਂਦੇ ਹੋ ਐਂਡ ਉਹਨਾਂ ਦਾ ਸਾਥ ਬਣਦੇ ਹੋ ਉਹਨਾਂ ਦੀ ਕਲਾ ਨੂੰ ਨਿਖਾਰਦੇ ਹੋ ਸੋ ਕੀਪ ਸਪੋਰਟਿੰਗ ਐਂਡ ਹਮੇਸ਼ਾ ਇੱਕ ਅੱਛੀ ਕਲਾ ਨੂੰ ਮੈਨੂੰ ਲੱਗਦਾ ਹੈ ਇੱਕ ਪਲੇਟਫਾਰਮ ਮਿਲਣਾ ਚਾਹੀਦਾ ਹੈ ਇੱਕ ਅੱਛੀ ਕਲਾ ਨੂੰ ਹਮੇਸ਼ਾ ਤੁਹਾਡਾ ਸਾਥ ਮਿਲਣਾ ਚਾਹੀਦਾ ਸੋ ਐਸੀ ਉਮੀਦ ਦੇ ਨਾਲ ਅੱਜ ਦੀ ਇਹ ਇੰਟਰਵਿਊ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੀਪ ਸਪੋਰਟਿੰਗ ਐਂਡ ਕੀਪ ਵਾਚਿੰਗ ਸਨੇ ਪੰਜਾਬੀ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਟੇ ਪੋਜ਼ਿਟਿਵ ਸਸ਼ਿਕ